ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਜੀ ਆਇਆਂ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ, ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਸਰਦਾਰ ਹਮੀਰ ਸਿੰਘ ਜੀ, ਸੰਪਾਦਕ ਪੰਜਾਬ ਟੈਲੀਵਿਜ਼ਨ, ਔਰ ਇਹਨਾਂ ਦੇ ਨਾਲ ਸਰਦਾਰ ਜਗਤਾਰ ਸਿੰਘ ਜਿਹੜੇ ਕਿ ਹਿਸਟੋਰੀਅਨ ਨੇ। ਇਹਨਾਂ ਨੇ ਬਤੌਰ ਜਰਨਲਿਸਟ ਤਾ ਉਮਰ ਇੰਡੀਅਨ ਐਕਸਪ੍ਰੈਸ ਨਾਲ ਕੰਮ ਕੀਤਾ ਹੈ, ਬੜੇ ਸੀਨੀਅਰ ਜਰਨਲਿਸਟ ਨੇ, ਮੈਂ ਜੀ ਆਇਆਂ ਆਖਦਾ। ਥੈਂਕ ਯੂ ਜੀ, ਸ਼ੁਕਰੀਆ ਜੀ। ਅਰਵਿੰਦ ਕੇਜਰੀਵਾਲ ਨੂੰ ਰਾਹਤ ਸਿਰਫ ਇੱਕ ਦਿਨ ਮਿਲੀ ਸੀਗੀ, ਲੇਕਿਨ ਅੱਜ ਹਾਈ ਕੋਰਟ, ਦਿੱਲੀ ਹਾਈ ਕੋਰਟ ਨੇ ਉਹ ਜ਼ਮਾਨਤ ਸਟੇ ਕਰਤੀ ਕੁਝ ਸਮੇਂ ਲਈ। ਸਾਰਾ ਦਿਨ ਬਹਿਸ ਹੋਈ ਤੇ ਮਾਮਲਾ ਫਸ ਗਿਆ, ਹੁਣ ਰਾਖਵਾਂ ਰੱਖ ਲਿਆ। ਇਹ ਮੰਗਲਵਾਰ ਵਾਲੇ ਦਿਨ ਫੈਸਲਾ ਆਊਗਾ, ਉਦੋਂ ਤੱਕ ਲਈ ਇੱਕ ਵਾਰੀ ਫਿਰ ਆਮ ਆਦਮੀ ਪਾਰਟੀ ਨੂੰ ਮਿਲਦੀ ਮਿਲਦੀ ਰਾਹਤ ਰੁਕ ਗਈ ਹੈ। ਤੇ ਇਸ ਮਾਮਲੇ ਦੇ ਦਰਮਿਆਨ ਦੇ ਵਿੱਚ ਕੀ ਹੁੰਦਾ? ਵੈਸੇ ਤਾਂ ਜਿਹੜੀ ਜੱਜਮੈਂਟ ਸੀ ਉਹ ਵੀ ਬੜੀ ਅਹਿਮ ਆ, ਜਿਹੜੀ ਥੱਲੇ ਦੀ ਕੋਰਟ ਦੇ ਵਿੱਚੋਂ ਜ਼ਮਾਨਤ ਵੇਲੇ ਆਈ ਸੀਗੀ, ਤੇ ਹੁਣ ਜਿਹੜੀ ਬਹਿਸ ਹੋਈ ਆ ਉਹ ਵੀ ਬੜੀ ਅਹਿਮ ਆ, ਇਹਨੂੰ ਸਮਝਣ ਦਾ ਯਤਨ ਕਰਦੇ ਹਾਂ। ਲੇਕਿਨ ਇੱਕ ਹੋਰ ਮਾਮਲਾ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਲਈ ਸੰਕਟ ਟਲਿਆ ਨਹੀਂ, ਲਗਾਤਾਰ ਡੂੰਘਾ ਹੋ ਰਿਹਾ। ਅੱਜ ਫਿਰ ਉਹ ਲੋਕ ਜਿਹੜੇ ਕਿ ਵੱਖਰੀ ਸੁਰ ਰੱਖਦੇ ਆ, ਜਿਹੜੇ ਅਕਾਲੀ ਦਲ ਨੂੰ ਬਚਾਉਣ ਦੇ ਆਹਾਰ ਵਿੱਚ ਹੋਣ ਦਾ ਦਮ ਭਰਦੇ ਨੇ, ਜਿਨ੍ਹਾਂ ਦੇ ਵਿੱਚ ਕਾਫੀ ਵੱਡੇ ਆਗੂ ਨੇ ਕੋਰ ਕਮੇਟੀ 'ਚ, ਜਿਨ੍ਹਾਂ ਨੇ ਆਪਣੀ ਵੱਖਰੀ ਰਾਏ ਰੱਖੀ। ਉਸ ਤੋਂ ਬਾਅਦ ਵੀ ਜਿਹੜਾ ਮਤਾ ਆਇਆ, ਜਿਹੜਾ ਪ੍ਰੈਸ ਨੋਟ ਆਇਆ ਸੀਗਾ, ਉਹਦੇ ਉੱਤੇ ਵੀ ਇਤਰਾਜ਼ ਉਠਾਉਣ ਵਾਲੇ ਉਹ ਲੋਕ ਅੱਜ ਜਲੰਧਰ ਦੇ ਵਿੱਚ ਮਿਲ ਰਹੇ ਨੇ। ਜਲੰਧਰ ਦੇ ਵਿੱਚ ਜਦੋਂ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ, ਉਸ ਵੇਲੇ ਇਹ ਮੀਟਿੰਗ ਚੱਲ ਰਹੀ ਹੋਣ ਦੀ ਕਨਸੋ ਹੈ। ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ, ਅਕਾਲੀ ਦਲ ਦੀ ਭਵਿੱਖੀ ਰਣਨੀਤੀ ਨੂੰ ਲੈ ਕੇ ਚੀਜ਼ਾਂ ਕਿਵੇਂ ਸਥਾਨ ਲੈ ਰਹੀਆਂ ਨੇ, ਅਸੀਂ ਉਹਦਾ ਉਹਨੂੰ ਸਮਝਣ ਦਾ ਮੈਂ ਯਤਨ ਕਰਦਾ ਹਾਂ, ਕਿਉਂਕਿ ਸਰਦਾਰ ਹਮੀਤ ਸਿੰਘ, ਸਰਦਾਰ ਜਗਤਾਰ ਸਿੰਘ ਜੀ ਬੜੇ ਨੇੜਿਓਂ ਪੁਰਾਣੇ ਘਟਨਾਕ੍ਰਮਾਂ ਨੂੰ ਵੀ ਦੇਖਦੇ ਰਹੇ ਆ। ਕੀ ਸੱਚਮੁੱਚ ਦਾ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਨੂੰ, ਉਹਨਾਂ ਦੀ ਪ੍ਰਧਾਨਗੀ ਨੂੰ ਕੋਈ ਖਤਰਾ ਹੈ? ਇਹ ਜਿਹੜੇ ਲੋਕ ਨੇ, ਕੀ ਇਹ ਡੈਂਟ ਪਾ ਸਕਣਗੇ? ਕੀ ਇਹ ਅਕਾਲੀ ਦਲ ਨੂੰ ਹੋਰ ਬਿਹਤਰ ਸਥਿਤੀ 'ਚ ਲਿਜਾਣ ਦੇ ਸਮਰੱਥ ਨੇ? ਇਹ ਸਾਰੇ ਮਾਮਲੇ ਲੈਂਦੇ ਹਾਂ। ਸਭ ਤੋਂ ਪਹਿਲਾਂ ਸਾਹਿਬ ਹਮੀਤ ਸਿੰਘ ਜੀ, ਜੇ ਮੈਂ ਤੁਹਾਡੇ ਤੋਂ ਸਮਝਣਾ ਚਾਹਵਾਂ, ਅਰਵਿੰਦ ਕੇਜਰੀਵਾਲ ਨੂੰ ਕੱਲ੍ਹ ਸ਼ਾਮ ਨੂੰ ਜ਼ਮਾਨਤ ਮਿਲੀ, ਜਸ਼ਨ ਹੋ ਗਏ ਚੰਡੀਗੜ੍ਹ ਦੇ ਵਿੱਚ, 39 ਸੈਕਟਰ ਦੇ ਵਿੱਚ ਖੂਬ ਢੋਲ ਢਮੱਕਾ ਹੋਇਆ, ਭੰਗੜੇ ਪਾਏ ਗਏ, ਔਰ ਜਸ਼ਨ ਤਾਂ ਹਰ ਤਰੀਕੇ ਨਾਲ ਹੀ ਮਨਾਏ ਗਏ, ਸਟੇਟਮੈਂਟਾਂ ਵੀ ਆਈਆਂ, ਪਰ ਅੱਜ ਇਹ ਰਾਤ ਸਵੇਰੇ ਸਵੇਰੇ ਹੀ ਉੱਡ ਗਈ। ਹੁਣ ਉੱਥੇ ਬਹਿਸ ਤੋਂ ਬਾਅਦ ਫੈਸਲਾ ਰਾਖਵਾਂ ਰੱਖ ਲਿਆ ਗਿਆ ਤੇ ਮੰਗਲਵਾਰ ਵਾਲੇ ਦਿਨ ਸੁਣਾਇਆ ਜਾਏਗਾ। ਦਰਮਿਆਨ 'ਚ ਕੀ ਕੁਛ ਹੋਇਆ, ਜੇ ਤੁਸੀਂ ਸਾਂਝ ਪਵਾ ਸਕੋ ਤਾਂ? ਬਿਲਕੁਲ, ਇੱਕ ਬਹੁਤ ਵੱਡੀ ਆਮ ਆਦਮੀ ਪਾਰਟੀ ਨੇ ਦੇ ਸਾਰੇ ਲੀਡਰਾਂ ਨੇ ਲਗਭਗ ਲੱਡੂ ਵੀ ਵੰਡੇ, ਮੂੰਹ ਮਿੱਠੇ ਸਾਰਿਆਂ ਦੇ ਕਰਾਏ, ਕੇਜਰੀਵਾਲ ਉਹਨਾਂ ਦੇ ਘਰ ਜਾ ਕੇ ਵੀ ਭੰਗੜੇ ਪਾਏ, ਬਾਕੀ ਵੀ ਸੜਕਾਂ ਤੇ ਹੋਏ ਪੰਜਾਬ ਤੋਂ ਲੈ ਕੇ ਸਾਰੇ ਲੀਡਰਾਂ ਦੇ। ਔਰ ਉਹਨਾਂ ਨੂੰ ਲੱਗਿਆ ਕਿ ਦੇਖੋ ਜੀ, ਪੋਲੀਟੀਕਲ ਮੈਂਡੇਟਾ ਸੀਗਾ, ਚੋਣਾਂ 'ਚ ਫਲਾਨਾ ਹੋਇਆ ਸੀ, ਗੌਰਮੈਂਟ ਇਹ ਕਰ ਰਹੀ ਸੀ, ਉਹ ਸਾਰੀਆਂ ਚੀਜ਼ਾਂ ਜੋ ਵੀ ਕਹਿੰਦੇ ਆ ਰਹੇ ਨੇ, ਤੇ ਉਹਨਾਂ ਨੇ ਕਿਹਾ ਇਹ ਸਾਰੀਆਂ ਚੀਜ਼ਾਂ ਕਿ ਅਦਾਲਤ ਤੇ ਸਾਡਾ ਪੂਰਾ ਵਿਸ਼ਵਾਸ ਸੀ, ਦੇਖੋ ਅਦਾਲਤ ਨੇ ਇਨਸਾਫ ਦੇ ਦਿੱਤਾ। ਔਰ ਨਾਲ ਨਾਲ ਇਹ ਵੀ ਕਿਹਾ ਗਿਆ ਕਿ ਅਸਲ ਦੇ ਵਿੱਚ ਜਿਹੜੀ ਧਾਰਾ ਤਹਿਤ ਜ਼ਮਾਨਤ ਹੋਈ ਹੈ ਇਹ ਹੋਰ ਵੀ ਜ਼ਿਆਦਾ ਹੈ, ਕਿ ਪ੍ਰਾਈਮਾ ਫੇਸੀ ਉਹਨਾਂ ਨੂੰ ਇੱਕ ਲੈਵਲ ਦਾ ਸਮਝ ਲਿਆ ਕਿ ਉਹ ਦੋਸ਼ ਨਹੀਂ ਹੈ। ਹਾਲਾਂਕਿ ਦੂਜੀ ਧਿਰ ਇਹ ਕਹਿੰਦੀ ਰਹੀ ਕਿ ਅਜੇ ਜ਼ਮਾਨਤ ਮਿਲੀ ਹੈ, ਬਰੀ ਨਹੀਂ ਹੋਏ, ਬਰੀ ਦਾ ਤਾਂ ਅਜੇ ਟ੍ਰਾਇਲ ਚੱਲਣਾ ਹੈ, ਬਾਕੀ ਚੀਜ਼ਾਂ ਹੋਣੀਆਂ ਨੇ, ਜੇ ਬਹੁਤ ਸਾਰਾ ਕੁਝ ਸੀਗਾ। ਪਰ ਲੋਅਰ ਕੋਰਟ ਦੇ ਵਿੱਚ ਜਦੋਂ ਇਹਨਾਂ ਨੇ ਇਹ ਕਿਹਾ ਸੀਗਾ ED ਨੇ ਕਿ 48 ਘੰਟੇ ਲਈ ਇੱਥੇ ਸਟੇ ਕਰ ਦਿਓ, ਸਾਨੂੰ ਸਾਰੇ ਲੀਗਲ ਰੈਮੇਡੀਜ ਲੈ ਲੈਣ ਦਿਓ, ਕਾਨੂੰਨੀ ਆਪਸ਼ਨਾਂ, ਉਦੋਂ ਬਾਅਦ ਦੇਖ ਲਾਂਗੇ, ਤਾਂ ਕੋਰਟ ਨੇ ਉਹਨਾਂ ਦਾ ਨਹੀਂ ਸੁਣੀ। ਉਹ ਕਹਿੰਦੇ ਜਾਓ ਜਿੱਥੇ ਹੈ ਕਿ ਜਿਹੜੀ ਪ੍ਰਾਈਮਾ ਫੇਸੀ ਇਹ ਜੱਚ ਰਹੀਆਂ ਚੀਜ਼ਾਂ ਨੇ ਤੇ ਬੇਲ ਹੈਗੀ ਹੈ, ਤੇ ਬੇਲ ਦਾ ਮਤਲਬ ਬੇਲ ਹੈ। ਤੇ ਹੁਣ ਸਵਾਲ ਇਹ ਸੀ ਕਿ ਉਹਨਾਂ ਨੇ ਜੱਜਮੈਂਟ ਵੀ ਉਸ ਕੋਰਟ ਨੇ ਥੋੜ੍ਹੀ ਜਿਹੀ ਲੇਟ ਦਿੱਤੀ ਸ਼ਾਮ,
ਸ਼ਾਮ ਨੂੰ ਹੋਣ ਦੇ ਕਰਕੇ ਤੇ ਜਿਹੜੀ ਤਿਹਾੜ ਜਿਹੜੀ ਜਿਹੜਾ ਕਾਗਜ਼ ਪੱਤਰ ਜਾਣਾ ਸੀ ਉਹ ਅਗਲੇ ਦਿਨ ਤੇ ਪੈ ਗਿਆ, ਅਗਲੇ ਦਿਨ ਤੇ ਪੈ ਗਿਆ, ਤੇ ਅਗਲੇ ਦਿਨ ਸਵੇਰੇ ਸਵੇਰੇ ਈਡੀ ਆਪਣੇ ਮਨ ਮਿਜਾਜ ਮੁਤਾਬਕ ਜੋ ਉੱਥੇ ਲੌਜਿਕ ਦੇ ਰਹੀ ਸੀ ਲੋਅਰ ਕੋਰਟ ਦੇ ਵਿੱਚ ਉਹੀ ਲੌਜਿਕ ਜਾ ਕੇ ਉੱਥੇ ਦਿੱਤੇ। ਪਹਿਲਾਂ ਤਾਂ ਇਹੀ ਉਹਨਾਂ ਨੇ ਕਿਹਾ ਇੱਕ ਜਾ ਕੇ ਜਿਹੜਾ ਅਸਿਸਟੈਂਟ ਸੋਲੀਸਿਟਰ ਜਨਰਲ ਹੈ ਕਿ ਸਾਨੂੰ ਪੂਰੀ ਤਰ੍ਹਾਂ ਸਾਡੀ ਗੱਲ ਸੁਣਨ ਦਾ ਮੌਕਾ ਨਹੀਂ ਮਿਲਿਆ, ਸਾਡੀ ਗੱਲ ਪੂਰੀ ਤਰ੍ਹਾਂ ਨਹੀਂ ਸੁਣੀ ਗਈ ਲੋਅਰ ਕੋਰਟ ਦੇ ਵਿੱਚ। ਦੂਸਰਾ ਉਹ ਗੱਲਾਂ ਵੀ ਉਹਨਾਂ ਨੇ ਉਭਾਰੀਆਂ, ਜਿਹੜਾ ਉਹ ਗੋਆ ਦੇ ਵਿੱਚ ਪੈਸੇ ਖਰਚ ਹੋਣ ਦਾ ਮਾਮਲਾ, ਜਿਹੜੀ ਚੈਟਿੰਗ ਦੇ ਸਵਾਲ, ਜਿਹੜੇ ਬਾਕੀ ਦੇ ਸਵਾਲ, ਕਿ ਇਹਨੂੰ ਤੁਸੀਂ ਉਦੋਂ ਤੱਕ ਸਟੇ ਦੇ ਦਿਓ, ਪਹਿਲਾਂ ਸਟੇ ਹੀ ਮੰਗੀ ਬਲਕਿ ਜਾ ਕੇ, ਤਾਂ ਹਾਈ ਕੋਰਟ ਨੇ ਸਟੇ ਦੇਤੀ ਤੇ ਸਟੇ ਦੇਣ ਤੇ ਸਾਰ ਇੱਕ ਲੈਵਲ ਦੀ ਜਿਹੜੀ ਖੁਸ਼ੀ ਤਾਂ ਉੱਡ ਗਈ ਉਮਰਾਂ। ਔਰ ਸੰਜੇ ਸਿੰਘ ਨੇ ਵੀ ਔਰ ਕਈਆਂ ਨੇ ਪ੍ਰੈਸ ਕਾਨਫਰੰਸ ਕੀਤੀ ਕਿ ਇਹ ਨਰਿੰਦਰ ਮੋਦੀ ਸਰਕਾਰ ਹੈ ਜਿਹੜੀ ਕਿਸੇ ਵੀ ਰੂਪ ਚ ਪੋਲੀਟੀਕਲ ਮੈਂਡੇਟ ਤੋਂ ਨਹੀਂ ਹੋ ਰਹੀ। ਈਡੀ ਨੂੰ ਉਹ ਵਾਰ ਵਾਰ ਇਸ਼ਾਰਾ ਕਰ ਰਹੀ ਹੈ ਕਿ ਤੁਸੀਂ ਹਰ ਉਹ ਹਰਬਾ ਵਰਤੋ, ਹਰ ਉਹ ਤਰੀਕਾ ਵਰਤੋ ਜਿਹਦੇ ਨਾਲ ਕੇਜਰੀਵਾਲ ਨੂੰ ਅੰਦਰ ਰਿਹਾ ਜਾ ਸਕੇ। ਇਹ ਇਲਜ਼ਾਮ ਸੰਜੇ ਸਿੰਘ ਨੇ ਮਤਲਬ ਓਪਨਲੀ ਲਾਏ ਉਸ ਸਾਰੇ ਮਾਮਲੇ ਦੇ ਵਿੱਚ। ਔਰ ਹੁਣ ਅਦਾਲਤ ਨੇ ਸੁਣ ਲਿਆ ਦੋਨੋਂ ਗੱਲਾਂ ਨੂੰ, ਦੋਨੇ ਪਾਸਿਆਂ ਨੂੰ ਸੁਣ ਕੇ ਰਾਖਵਾਂ ਰੱਖ ਲਿਆ, ਤੇ ਕੇਜਰੀਵਾਲ ਸਾਹਿਬ ਅਜੇ 3 ਦਿਨ ਹੋਰ 4 ਦਿਨ ਲਈ, ਮਤਲਬ 4 ਦਿਨ ਹੋਰ ਲੰਘ ਗਏ ਅੱਜ ਤੋਂ ਬਿਨਾਂ ਵੀ, ਇਹਦਾ ਮਤਲਬ ਉਦੋਂ ਤੱਕ ਲਈ ਫਿਰ ਜੇਲ੍ਹ 'ਚ ਰਹਿਣਗੇ, ਤਿਹਾੜ ਜੇਲ੍ਹ ਦੇ ਵਿੱਚ ਰਹਿਣਗੇ। ਹੁਣ ਇਹ ਉਦੋਂ ਅਗਲਾ ਮਾਮਲਾ, ਕੋਰਟ ਦੇ ਮਾਮਲੇ 'ਚ ਕੋਈ ਪੋਲੀਟੀਕਲ ਮੈਂਡੇਟਾ ਬਾਹਰ ਤਾਂ ਡਿਸਕਸ ਹੁੰਦਾ, ਤੇ ਕੋਰਟ ਟੈਕਨੀਕਲੀ ਕੀ ਸੋਚਦੀ ਹੈ ਕੀ ਨਹੀਂ ਸੋਚਦੀ, ਕੀ ਟੈਕਨੀਕਲੀ ਹਾਈ ਕੋਰਟ ਕੋਈ ਚੀਜ਼ਾਂ ਨੂੰ ਲਾ ਪੁਆਇੰਟ ਤੇ ਕਿਸੇ ਚੀਜ਼ਾਂ ਨੂੰ ਦੇਖੇਗੀ ਜਾਂ ਜ਼ਮਾਨਤ ਦੇ ਦੇਗੀ ਜਾਂ ਕਿਸੇ ਢੰਗ ਨਾਲ ਇਸ ਫੈਸਲੇ ਨੂੰ ਪਲਟਾ ਦੇ। ਇਹ ਦੋਨੇ ਗੱਲਾਂ ਨੇ, ਦੋਨੇ ਆਪਸ਼ਨ ਜਿਹੜੀਆਂ ਸਭ ਦੇ ਸਾਹਮਣੇ ਦਿਖਾਈ ਦਿੱਤੀਆਂ ਜਾਣਗੀਆਂ। ਆਮ ਆਦਮੀ ਪਾਰਟੀ ਦੀ ਖੁਸ਼ੀ ਕਿੰਨੀ ਦੇਰ ਰਹੂਗੀ, ਜਾਂ ਜੇ ਹਾਈ ਕੋਰਟ ਨੇ ਵੀ ਦੇਤੀ ਈਡੀ, ਫਿਰ ਵੀ ਸੁਪਰੀਮ ਕੋਰਟ ਵੀ ਜਾਏਗੀ ਲਾਸਟ ਬੁਰੇ ਦੇ ਬਾਹਰ ਤੱਕ, ਜਿਵੇਂ ਕਹਿੰਦੇ ਜਾਣ ਦੀ ਗੱਲ ਹੁੰਦੀ ਹੈ, ਉੱਥੇ ਤੱਕ ਜਾ ਕੇ ਸਾਰੀਆਂ ਗੱਲਾਂ ਕਰੇਗੀ, ਤੇ ਜਾਂ ਮਤਲਬ ਉੱਥੇ ਫਿਰ ਜੇ ਹਾਈ ਕੋਰਟ ਨੇ ਵੀ ਬੇਲ ਦੇਤੀ ਤੇ ਉੱਥੇ ਚੁੱਪ ਚਾਪ ਹੋ ਜਾਏਗੀ। ਵੈਸੇ ਮੇਰਾ ਖਿਆਲ ਹੈ ਇਹ ਡਿਸੀਜਨ ਇਕੱਲੇ ਏਜੰਸੀ ਦੇ ਨਹੀਂ ਹੁੰਦੇ, ਇਹਦੇ 'ਚ ਇੱਕ ਲੈਵਲ ਦੇ ਉੱਤੇ ਕੋਈ ਨਾ ਕੋਈ ਪੋਲਿਟਿਕਸ ਵੀ ਕਰ ਰਹੀ ਹੁੰਦੀ ਹੈ, ਨਹੀਂ ਤਾਂ ਬਹੁਤ ਜਲਦੀ ਇੰਨੀ ਮੁਸਤੈਦੀ ਨਾਲ ਨਹੀਂ ਚੀਜ਼ਾਂ ਵਾਪਰਦੀਆਂ ਹੁੰਦੀਆਂ। ਫਟਾਫਟ ਕੋਰਟ ਜਾਓ, ਫਟਾਫਟ ਬਾਕੀ ਜਾਓ, ਜਿਹੜੇ ਐਲੀਗੇਸ਼ਨ ਆਮ ਆਦਮੀ ਪਾਰਟੀ ਲਗਾ ਰਹੀ ਹੈ ਪ੍ਰਾਈਮਾ ਫੇਸੀ, ਇਹ ਪਤਾ ਨਹੀਂ, ਇਹ ਤਾਂ ਹੁਣ ਬੀਜੇਪੀ ਆਪਣੀ ਜਵਾਬ ਦੇਗੀ, ਗਵਰਨਮੈਂਟ ਆਫ ਇੰਡੀਆ ਆਪਣਾ ਜਵਾਬ ਦੇਗੀ, ਪਰ ਰੌਲਾ ਜ਼ਰੂਰ ਇਹ ਸ਼ੁਰੂ ਤੋਂ ਚੱਲ ਰਿਹਾ ਕਿ ਏਜੰਸੀਆਂ ਨੂੰ ਜਿਸ ਢੰਗ ਦੇ ਨਾਲ ਆਪੋਜੀਸ਼ਨ ਦੇ ਲੀਡਰਾਂ ਦੇ ਮਾਮਲੇ 'ਚ ਵਰਤਿਆ ਜਾ ਰਿਹਾ, ਕਿਉਂ ਕਿਹਾ ਜਾ ਰਿਹਾ ਵਰਤਿਆ ਜਾ ਰਿਹਾ, ਕਿਉਂਕਿ ਜਿਹੜੀਆਂ ਪ੍ਰੋ ਗੌਰਮੈਂਟ ਬੰਦੇ ਹੋ ਜਾਂਦੇ ਨੇ, ਜਿਹੜੇ ਚਲੇ ਜਾਂਦੇ ਨੇ, ਮਤਲਬ ਜਿਵੇਂ ਕਾਂਗਰਸ ਦੇ 25% ਕਾਂਗਰਸ 'ਚੋਂ ਗਏ ਲਗਭਗ ਕੈਂਡੀਡੇਟ ਨੇ ਬੀਜੇਪੀ ਜਿਹੜੇ ਜਿੱਤੇ ਨੇ ਹੁਣ, ਤੇ ਉਹਨਾਂ ਤੇ ਹਟ ਜਾਂਦੀ ਹੈ ਜਿਹੜੀ, ਮਤਲਬ ਉਹ ਗੱਲ ਨਹੀਂ ਰਹਿੰਦੀ ਕਿ ਏਜੰਸੀਆਂ ਉਸ ਰੂਪ ਦੇ ਵਿੱਚ ਉੱਥੇ ਵੀ ਇਨਵੈਸਟੀਗੇਟ ਕਰਨ। ਇਹਨਾਂ ਸਾਰੇ ਮਾਮਲਿਆਂ ਦੇ ਵਿੱਚ ਨੂੰ ਧਿਆਨ ਦੇ ਵਿੱਚ ਰੱਖ ਕੇ ਫਿਰ ਉਹ ਪੋਲੀਟੀਕਲ ਡਿਬੇਟ ਵੀ ਬਣ ਜਾਂਦੀ ਹੈ ਇੱਕ ਲੈਵਲ ਦੀ, ਇਕੱਲਾ ਲੀਗਲ ਲੜਾਈ ਨਹੀਂ ਰਹਿੰਦੀ, ਲੀਗਲ ਬੈਟਲ ਨਹੀਂ ਰਹਿੰਦੀ, ਪੋਲੀਟੀਕਲ ਬੈਟਲ ਵੀ ਹੋਰ ਨਿਬੜਦੀ ਹੈ। ਇਸ ਲਈ ਦੋ ਧਾਰੀ ਚੀਜ਼ ਹੈ, ਇੱਕ ਕਾਨੂੰਨੀ ਪੱਖ ਹੈ, ਦੂਜਾ ਇਹਦਾ ਸਿਆਸੀ ਪੱਖ ਹੈ। ਦੋਨਾਂ ਪਾਸਿਆਂ ਦੇ ਵਿੱਚੋਂ ਹੁਣ ਲੜਾਈ ਚੋਂ ਕੀ ਨਿਕਲੂਗਾ ਇਹ ਹਜੇ, ਪਹਿਲਾਂ ਤਾਂ ਮੰਗਲਵਾਰ ਤੱਕ ਤਾਂ ਉਡੀਕ ਕਰਨੀ ਪਏਗੀ, ਇਹ ਜ਼ਰੂਰ ਜਿਹੜੇ ਇਲਜ਼ਾਮ ਤਰਾਸੀ ਜ਼ਰੂਰ ਇੱਕ ਦੂਜੇ ਤੇ ਹੋਣੇ ਸ਼ੁਰੂ ਹੋ ਗਏ। ਸਰ ਜਗਤਾਰ ਸਿੰਘ ਜੀ, ਤੁਸੀਂ ਬੜਾ ਕ੍ਰਿਟੀਕਲੀ ਕੱਲ ਇਹਨੂੰ ਸ਼ਾਮ ਨੂੰ ਲਿਆ ਸੀ ਮਾਮਲੇ ਨੂੰ, ਕਈ ਸੱਜਣ ਤਾਂ ਇਹ ਕਹਿਣ ਲੱਗ ਗਏ ਅਖੇ ਕੋਈ ਸਮਝੌਤਾ ਹੋ ਗਿਆ, ਹੁਣ ਖੋਰੇ ਈਡੀ ਜਾਂ ਏਜੰਸੀਆਂ ਢਿੱਲੀਆਂ ਪੈ ਗਈਆਂ ਜਿਹੜੀਆਂ ਇੱਕ ਥੱਲੇ ਦੀ ਅਦਾਲਤ ਤੋਂ ਹੀ ਜ਼ਮਾਨਤ ਮਿਲ ਗਈ। ਕੱਲ ਕਮੈਂਟਸ ਦੇ ਵਿੱਚ ਵੀ ਲੋਕਾਂ ਨੇ ਕਾਫੀ ਆਪਣੀ ਪੜਾ ਸਿੰਜਦੀ ਵੀ ਕੱਢੀ। ਖੈਰ ਅੱਜ ਦਿਨ ਚੜ੍ਹਦਿਆਂ ਉਹ ਸਭ ਉੱਡ ਗਈਆਂ ਗੱਲਾਂ, ਜਦੋਂ ਏਜੰਸੀ ਨੇ ਜ਼ੋਰ ਲਾਤਾ ਪੂਰਾ ਤੇ ਮਾਮਲਾ ਫਿਰ ਫਸ ਗਿਆ। ਹੁਣ ਸਵਾਲ ਇੱਥੇ ਇਸ ਗੱਲ ਦਾ ਹੈ ਕਿ ਇਹੀ ਮਾਮਲਾ ਜਦੋਂ ਸੁਪਰੀਮ ਕੋਰਟ ਤੱਕ ਗਿਆ,
ਸਿਰਫ ਤੇ ਸਿਰਫ ਕੇਜਰੀਵਾਲ ਨੂੰ ਰਾਹਤ ਮਿਲੀ ਸੀਗੀ ਚੋਣ ਪ੍ਰਚਾਰ ਲਈ, ਉਹਨਾਂ ਨੂੰ 2 ਤਰੀਕ ਨੂੰ ਸਰੈਂਡਰ ਕਰਨ ਲਈ ਕਿਹਾ ਗਿਆ। ਉਸ ਤੋਂ ਬਾਅਦ ਵੀ ਈਡੀ ਜਿਹੜੀ ਉੱਥੇ ਗਈ, ਸੁਪਰੀਮ ਕੋਰਟ ਨੇ ਫਿਰ ਕਿਹਾ ਕਿ ਤੇ ਭੱਜੇ ਨਹੀਂ ਜਾਂਦਾ, ਆ ਜਾਊਗਾ ਬੰਦਾ, ਪ੍ਰੋਮੀਨੈਂਟ ਜਗ੍ਹਾ ਤੇ ਬੈਠਾ ਸੀਐਮ, ਜਿਹੜਾ ਸੀਐਮ ਦੀ ਪੋਸਟ ਤੇ, ਉਹ ਬੰਦਾ ਕਿਤੇ ਜਾ ਨਹੀਂ ਸਕਦਾ। ਹੁਣ ਸਥਿਤੀ ਜਿਹੜੀ ਬਣੀ ਆ ਕਿ ਜਿੱਥੇ ਸੁਪਰੀਮ ਕੋਰਟ ਚ ਵੀ ਰਾਹਤ ਨਹੀਂ ਸੀ ਮਿਲੀ, ਰਾਓਜ਼ ਐਵਨਿਊ ਕੋਰਟ ਦੀ ਜੱਜ ਨੇ ਉਹ ਜ਼ਮਾਨਤ ਦਿੱਤੀ। ਦਿਲਚਸਪ ਟਿੱਪਣੀਆਂ ਨੇ ਉਹ ਸਾਰੀਆਂ ਗੱਲਾਂ ਨੇ, ਈਡੀ ਦੀ ਸੁਣਵਾਈ ਜ਼ਿਆਦਾ ਹੋਈ ਨਹੀਂ, ਨਾ ਉਹਨਾਂ ਦੀ ਕੋਈ ਮੋਹਲਤ ਵੀ 48 ਘੰਟੇ ਸਾਨੂੰ ਸਮਾਂ ਦੇ ਦਿਓ, ਸਾਨੂੰ ਆਪਣੀਆਂ ਰੈਮਡੀਜ਼ ਹੋਰ ਲੀਗਲ ਰੈਮਡੀਜ਼ ਲੈ ਲੈਣ ਦਿਓ, ਕੋਈ ਇਸ ਤਰ੍ਹਾਂ ਦਾ ਮੰਨਿਆ ਨਹੀਂ ਗਿਆ। ਹੁਣ ਮੈਂ ਜੇ ਤੁਹਾਡੀ ਇੱਥੇ ਸਮੁੱਚੇ ਦ੍ਰਿਸ਼ ਵਿੱਚ ਇੱਕ ਟਿੱਪਣੀ ਚਾਹਵਾਂ, ਤੁਸੀਂ ਵੀ ਨੀਂਹ ਜਲਾ ਕੇ ਤੱਕਿਆ ਅੱਜ ਸਾਰੀ ਬਹਿਸ ਨੂੰ, ਕਿਵੇਂ ਫੀਲ, ਕਿਵੇਂ ਕਰ ਰਹੇ ਹੋ ਜੀ ਸਭ ਮਾਮਲੇ ਨੂੰ? ਤੁਹਾਡਾ ਮਾਈਕ ਬੰਦ ਆ ਜੀ, ਕਰਤਾ ਹੂੰ ਕਰਤਾ ਕਰਤਾ ਹੂੰ ਕਰ ਹੋ ਗਿਆ। ਮੇਰੇ ਕੋਲ ਆਮ ਸੀਗਾ, ਕੱਲ ਰਾਤ 8 ਵਜੇ ਦੇ ਕਰੀਬ ਜੱਜਮੈਂਟ ਆਉਂਦੀ ਹੈ ਤੇ ਜਿਹਦੇ ਚ ਉਹਨਾਂ ਨੂੰ ਬੇਲ ਗ੍ਰਾਂਟ ਕਰ ਦਿੱਤੀ ਗਈ ਸੀਗੀ, ਲੇਕਿਨ ਜਦ ਤੱਕ ਰਿਟਨ ਆਰਡਰ ਇਸ਼ੂ ਨਾ ਹੋਵੇ ਤੇ ਕਾਗਜ਼ੀ ਕਾਰਵਾਈ ਪੂਰੀ ਨਹੀਂ ਹੁੰਦੀ। ਤੋ ਉਹਨਾਂ ਨੇ ਬਾਕੀ ਕੀ ਸੀ, 1 ਲੱਖ ਦਾ ਬੇਲ ਬਾਂਡ ਸਾਰਾ ਕੁਛ ਉਹ ਤਿਆਰ ਕਰਨ ਵਾਸਤੇ ਹੋ ਰਹੀ ਸੀਗੀ, ਲੇਟ ਨਾਈਟ ਵੈਸੇ ਵੀ ਰਿਲੀਜ਼ ਨਹੀਂ ਹੋਇਆ ਕਰਦੀ, ਸੋ ਅੱਜ ਕਾਗਜ਼ ਸਬਮਿਟ ਹੋਣੇ ਸੀਗੇ। ਦਿਲਚਸਪ ਗੱਲ ਇਹ ਆ ਕਿ ਇਸ ਤੋਂ ਪਹਿਲਾਂ ਕਿ ਲੋਅਰ ਕੋਰਟ ਦਾ ਡਿਟੇਲਡ ਆਰਡਰ ਰਿਟਨ ਰਿਲੀਜ਼ ਹੋਵੇ, ਅੱਜ ਕੱਲ੍ਹ ਤਾਂ ਅਪਲੋਡ ਹੁੰਦਾ ਸਾਰਾ ਆਨਲਾਈਨ, ਉਸ ਤੋਂ ਪਹਿਲਾਂ ਹੀ ਈਡੀ ਹਾਈ ਕੋਰਟ 'ਚ ਪੇਸ਼ ਹੋ ਜਾਂਦੀ ਹੈ। ਮਤਲਬ ਬਿਨਾਂ ਆਰਡਰ ਹੱਥ 'ਚ ਹੋਣ ਤੋਂ ਵੀ, ਇਹ ਬੜੇ ਕਮਾਲ ਦਾ ਕੇਸ ਹੈ ਕਿ ਸਵੇਰੇ ਸਵੇਰੇ ਨਿਕਾਲੀ ਕੀ ਪੈ ਗਈ ਸੀਗੀ ਰਾਤ ਇੱਕਦਮ, ਔਰ ਹਾਈ ਕੋਰਟ ਉਹਨੂੰ ਐਡਮਿਟ ਕਰ ਰਹੀ ਹੈ। ਬਹਿਸ ਸ਼ੁਰੂ ਹੁੰਦੀ ਹੈ ਜਦੋਂ 32 ਪੇਜ ਦੀ ਡਿਟੇਲਡ ਜੱਜਮੈਂਟ ਲੋਅਰ ਕੋਰਟ ਦੀ ਆ ਜਾਂਦੀ ਹੈ ਜੀ। ਲੋਅਰ ਕੋਰਟ ਦੀ ਜਿਹੜੀ ਜੱਜਮੈਂਟ ਹੈ ਉਹ ਬਹੁਤ ਦਿਲਚਸਪ ਹੈ। ਉਹਨਾਂ ਨੇ ਈਡੀ ਦੀਆਂ ਸਾਰੀ ਆਰਗੂਮੈਂਟਸ ਰਿਜੈਕਟ ਕੀਤੀਆਂ ਵਰਚੁਅਲੀ ਜੀ। ਬੇਲ ਤਾਂ ਆਪਣੇ ਆਪ ਦੇ ਵਿੱਚ ਇੱਕ ਐਸਪੈਕਟ ਹੈ ਜਿਹੜੀ ਉਹਦੇ 'ਚ ਉਹਨਾਂ ਨੇ ਬੜਾ ਸਪਸ਼ਟ ਕੀਤਾ ਜੱਜ ਨੇ ਕਿ ਕੋਈ ਐਵੀਡੈਂਸ ਨਹੀਂ ਮਿਲੀ, ਕੋਈ ਟ੍ਰੇਲ ਐਸਟੈਬਲਿਸ਼ ਨਹੀਂ ਹੋਈ। ਜੇ ਐਵੀਡੈਂਸ ਹੀ ਕੋਈ ਨਹੀਂ ਤੇ ਫਿਰ ਕੇਸ ਵੈਸੇ ਹੀ ਖਤਮ ਹੋ ਜਾਂਦਾ। ਉਹ 32 ਪੇਜ ਦੀ ਜੱਜਮੈਂਟ ਦੇ ਵਿੱਚ ਜਿਹੜਾ ਅਖੀਰ ਤੇ ਜਿਹੜੇ ਕਨਕਲੂਜ਼ਨ ਉਹ ਪੜ੍ਹ ਕੇ ਲੱਗਦਾ ਵੀ ਕੇਸ ਦੇ ਵਿੱਚ ਹੈ ਹੀ ਕੁਛ ਨਹੀਂ ਜੀ। ਜਦੋਂ ਮੈਂ ਕਹਿੰਦਾ ਮੈਂ ਦਿਲਚਸਪ ਪਹਿਲੂ ਹੈ ਤੇ ਉਹਨੇ ਧੱਜੀਆਂ ਉਡਾਤੀਆਂ ਈਡੀ ਵਾਲਿਆਂ ਦੀਆਂ, ਜੇ ਮੈਂ ਲਫ਼ਜ਼ ਵਰਤਾ। ਤੇ ਅੱਜ ਫਿਰ ਪੂਰੀ ਬਹਿਸ ਹਾਈ ਕੋਰਟ ਦੇ ਵਿੱਚ ਉਹ ਜੱਜਮੈਂਟ ਅਪਲੋਡ ਹੋਣ ਤੋਂ ਬਾਅਦ ਸ਼ੁਰੂ ਹੁੰਦੀ ਹੈ। ਦੋਵਾਂ ਧਿਰਾਂ ਨੇ ਆਰਗੂ ਕੀਤਾ, ਪੂਰਾ ਆਰਗੂ ਕੀਤਾ, ਇੱਧਰੋਂ ਸਿੰਘਵੀ ਤੇ ਉੱਧਰੋਂ ਸਿੰਘਵੀ ਤੇ ਚੌਧਰੀ ਵਿਕਰਮ ਚੌਧਰੀ ਜੀ, ਤੇ ਦੂਜੇ ਪਾਸਿਓਂ ਸਰਕਾਰ ਦੇ ਵਕੀਲ ਸਾਰੇ। ਹਾਂਜੀ, ਤੇ ਸ਼ਾਮ ਤੱਕ, ਹੁਣ ਘੰਟਾ ਪਹਿਲਾਂ ਤੱਕ, ਘੰਟਾ ਵੀ ਨਹੀਂ ਹੋਇਆ ਅਜੇ, ਤੇ ਹਾਈ ਕੋਰਟ ਨੇ ਮੰਗਲਵਾਰ ਫਾਈਨਲ ਜੱਜਮੈਂਟ ਜਿਹੜੀ ਹੈ ਉਹ ਤੱਕ ਜਿਹੜਾ ਬੇਲ ਆਰਡਰ ਸੀ ਉਹ ਸਟੇ ਹੋ ਗਿਆ, ਇੰਟੈਰਿਮ ਸਟੇ ਹੈ। ਤੇ ਜਦ ਤੱਕ ਹਾਈ ਕੋਰਟ ਆਪਣਾ ਆਰਡਰ ਨਹੀਂ ਇਸ਼ੂ ਕਰਦੀ ਉਦ ਤੱਕ ਕੇਜਰੀਵਾਲ ਜੀ ਦੀ ਬੇਲ ਨਹੀਂ ਹੋ ਸਕਦੀ। ਲੇਕਿਨ ਇੱਕ ਗੱਲ ਮੈਨੂੰ ਨਹੀਂ ਸਮਝ ਆਉਂਦੀ ਜੀ, ਆਪਾਂ ਹੁਣ ਗੱਲ ਕਰ ਰਹੇ ਸੀ ਪੋਲੀਟੀਕਲ ਆਸਪੈਕਟ, ਬਈ ਅਰਵਿੰਦ ਕੇਜਰੀਵਾਲ ਕਿੰਨਾ ਖਤਰਨਾਕ ਮੁਜਰਮ ਹੈ ਕਿ ਈਡੀ ਨੂੰ ਇੰਨੀ ਕਾਹਲੀ ਪੈ ਗਈ ਵੀ ਜੇ ਇਹ ਇਨਸਾਨ ਬੇਲ 'ਤੇ ਬਾਹਰ ਆ ਗਿਆ ਤਾਂ ਪਤਾ ਨਹੀਂ ਕੀ ਹੋ ਜਾਏਗਾ।
ਚੀਫ ਮਿਨਿਸਟਰ ਹੈ ਇਹ ਕੀ ਕਾਰਨ ਹੈ ਵੀ ਇੰਨੀ ਡੈਸਪਰੇਸ਼ਨ ਪੋਲੀਟੀਕਲ ਲੈਵਲ ਤੇ ਕਿਉਂ ਹੈ ਇਹਦੇ ਆਉਣ ਦੀ ਇਹ ਹਾਲੇ ਸਮਝ ਨਹੀਂ ਆ ਰਹੀ ਗੱਲ ਸਿਰਫ ਟੈਕਨੀਕਲ ਕੇਸ ਦੇ ਨਹੀਂ ਹੈ ਇਸ਼ੂ ਇਹ ਹੈ ਕਿ ਜੇ ਐਵੀਡੈਂਸ ਜਿਵੇਂ ਲੋਅਰ ਕੋਰਟ ਦੇ ਜੱਜ ਨੇ ਕਿਹਾ ਜੇ ਕੋਈ ਨਹੀਂ ਹੈ ਤੁਹਾਡੇ ਕੋਲ ਫਿਰ ਇੰਨੀ ਕਾਹਲੀ ਕਿਹੜੀ ਗੱਲ ਦੀ ਸੀ ਅੱਜ ਵੀ ਸਾਰੀਆਂ ਆਰਗੂਮੈਂਟਸ ਰਿਪੀਟ ਹੋਈਆਂ ਦੋਵੇਂ ਪਾਸੇ ਹੋਈਆਂ ਹਾਂਜੀ ਸੋ ਮੰਗਲਵਾਰ ਨੂੰ ਵਿੱਚੋਂ ਛੁੱਟੀਆਂ ਜਾਂਦੀਆਂ ਇਸ ਤੋਂ ਬਾਅਦ ਕਿਵੇਂ ਇਹ ਕੇਸ ਤਰ ਲੈਂਦਾ ਹੈ ਇਹ ਆਪਣੇ ਆਪ ਦੇ ਵਿੱਚ ਇਤਿਹਾਸ ਹੋਏਗਾ ਤੇ ਉਸ ਤੋਂ ਬਾਅਦ ਸੁਪਰੀਮ ਕੋਰਟ ਦਾ ਰਸਤਾ ਤਾਂ ਖੁੱਲ੍ਹਾ ਹੈਗਾ ਉਹ ਗੱਲ ਵੱਖਰੀ ਹੈਗੀ ਹੈ ਲੇਕਿਨ ਜਿਹੜੀ 32 ਪੇਜ ਦੀ ਜਜਮੈਂਟ ਹੈ ਉਹਨੂੰ ਰਿਜੈਕਟ ਕਰਨਾ ਮੇਰੇ ਖਿਆਲ ਹਾਈ ਕੋਰਟ ਵਾਸਤੇ ਵੀ ਇੰਨਾ ਆਸਾਨ ਨਹੀਂ ਲੱਗ ਰਿਹਾ ਜੋ ਕੁਛ ਉਹਦੇ 'ਚ ਲਿਖਿਆ ਹੋਇਆ ਅਤੇ ਜਿਸ ਢੰਗ ਦੇ ਨਾਲ ਆਪਣੇ ਆਰਗੂਮੈਂਟਸ ਹੋਈਆਂ ਵੀ ਹੈ ਸਰਕਾਰ ਵੱਲੋਂ ਤਾਂ ਆਰਗੂਮੈਂਟਸ ਉਹ ਹੀ ਹੈ ਸੋ ਮੇਰਾ ਤਾਂ ਮੋਟੇ ਜੀ ਇੱਕ ਸਬਮਿਸ਼ਨ ਹੈ ਆਪਾਂ ਗੱਲ ਪੋਲੀਟੀਕਲ ਆਸਪੈਕਟ ਦੀ ਕਰ ਰਹੇ ਸੀਗੇ ਆਪਾਂ ਨੂੰ ਯਾਦ ਹੋਵੇ ਸੁਪਰੀਮ ਕੋਰਟ ਨੇ ਇਹ ਕਿਸੇ ਵੇਲੇ ਕਮੈਂਟ ਕੀਤਾ ਸੀ ਵੀ ਜਿਹੜੀ CBI ਹੈ ਪਿੰਜਰੇ ਦਾ ਤੋਤਾ ਹੈ ਉਦੋਂ ਕਾਂਗਰਸ ਦੀ ਸਰਕਾਰ ਸੀ ਕੇਂਦਰ ਦੇ ਵਿੱਚ ਸਟੇਟ ਕਿਵੇਂ ਕੰਟਰੋਲ ਕਰਦੀ ਹੈ ਇੰਸਟੀਟਿਊਸ਼ਨ ਨੂੰ ਮੇਰਾ ਕੰਸਰਨ ਪੋਲੀਟੀਕਲ ਪਾਰਟੀ ਦੇ ਨਾਲ ਨਹੀਂ ਹੈ ਕਿ BJP ਮਿਸਯੂਜ ਕਰ ਰਹੀ ਹੈ ਇਹ ਕਮੈਂਟ ਤਾਂ ਕਾਂਗਰਸ ਦੀ ਸਰਕਾਰ ਵੇਲੇ ਆਇਆ ਸੀਗਾ ਸੋ ਹੁਣ ਮਤਲਬ ਜਿਹਨੂੰ ਕਹਿੰਦੇ ਆਇਰਨ ਗ੍ਰਿਪ ਗੌਰਮੈਂਟ ਦੀ ਇਹਨਾਂ ਇੰਸਟੀਟਿਊਸ਼ਨ 'ਤੇ ਹੈ ਹੁਣ ਫਰਕ ਇੰਨਾ ਕੁ ਹੈ ਇਹਨਾਂ ਦੀ ਅਟਾਨਮੀ ਖਤਮ ਹੋ ਚੁੱਕੀ ਹੈ ਇਹ ਜੋ ਉੱਪਰੋਂ ਪੋਲੀਟੀਕਲ ਡਾਇਰੈਕਸ਼ਨ ਆਉਂਦੀ ਹੈ ਜਿਹੜੀ ਤੇਜ਼ੀ ਦਿਖਾਈ ਗਈ ਹੈ ED ਵੱਲੋਂ ਅੱਜ ਉਹ ਬਿਨਾਂ ਪੋਲੀਟੀਕਲ ਡਾਇਰੈਕਸ਼ਨ ਤੋਂ ਤੇਜ਼ੀ ਨਹੀਂ ਹੋ ਸਕਦੀ ਅਤੇ ਬਾਕੀ ਤਾਂ ਹੁਣ ਮੰਗਲਵਾਰ ਤੱਕ ਵੇਟ ਕਰਦੇ ਹਾਂ ਕੀ ਹੋਏਗਾ ਨਜ਼ਰ ਬਣੀ ਰਹੇਗੀ ਮੰਗਲਵਾਰ ਤੱਕ ਮੈਨੂੰ ਲੱਗਦਾ ਸਾਰੇ ਪੋਲੀਟੀਕਲ ਘੇਰੇ ਪੰਜਾਬ ਦੇ ਤਾਂ ਖਾਸ ਤੌਰ 'ਤੇ ਉੱਥੇ ਨਹੀਂ ਚਲਾਉਣਗੇ ਕਿਉਂਕਿ ਪੰਜਾਬ ਦੀ ਸੱਤਾ ਕੇਜਰੀਵਾਲ ਸਾਹਿਬ ਦੇ ਅਨੁਸਾਰ ਚੱਲਦੀ ਹੈ ਇੱਥੋਂ ਦੇ ਸਮੁੱਚੇ ਕੈਬਨਿਟ ਤੋਂ ਲੈ ਕੇ ਪ੍ਰਸ਼ਾਸਨਿਕ ਸਾਰੇ ਰੱਦੋ ਬਦਲ ਜਾਂ ਸਾਰੇ ਫੈਸਲੇ ਕੇਜਰੀਵਾਲ ਸਾਹਿਬ ਦੀ ਕੰਸੈਂਟ ਤੋਂ ਬਿਨਾਂ ਮੰਨਿਆ ਜਾਂਦਾ ਕਿ ਨਹੀਂ ਲਏ ਜਾਂਦੇ ਇਹ ਕਿਹਾ ਜਾਂਦਾ ਕਿ ਡਾਇਰੈਕਸ਼ਨਸ ਉੱਥੋਂ ਆਉਂਦੀਆਂ ਨੇ ਸੋ ਕੇਜਰੀਵਾਲ ਸਾਹਿਬ ਦਾ ਜੇਲ੍ਹ 'ਚ ਹੋਣਾ ਜਾਂ ਜੇਲ੍ਹ ਤੋਂ ਬਾਹਰ ਹੋਣਾ ਉਹ ਅਸਰ ਅੰਦਾਜ਼ ਕਰਦਾ ਹੈ ਪੰਜਾਬ ਨੂੰ ਇਸ ਕਰਕੇ ਦਿਲਚਸਪੀ ਤਾਂ ਬਣੀ ਰਹੂਗੀ ਮੈਂ ਹੁਣ ਜਾਂਦਾ ਅਗਲੇ ਮੁੱਦੇ 'ਤੇ ਸਰਦਾਰ ਹਰਮੀਤ ਸਿੰਘ ਜੀ ਆਪਾਂ ਜਦੋਂ ਇਹ ਪ੍ਰੋਗਰਾਮ ਕਰ ਰਹੇ ਹਾਂ ਤਾਂ ਜਲੰਧਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਹਲਕੇ ਜਿਹੇ ਨਾਰਾਜ਼ ਥੋੜ੍ਹੇ ਜਿਹੇ ਵੱਖਰੇ ਸੁਰ ਰੱਖਣ ਵਾਲੇ ਆਗੂਆਂ ਦਾ ਇੱਕ ਮੀਟਿੰਗ ਇੱਕ ਗੈਟ ਟੂਗੈਦਰ ਹੋ ਰਹੀ ਆ ਜੇ ਮੈਂ ਗਲਤ ਨਹੀਂ ਤਾਂ ਮੈਂ ਜ਼ਿਕਰ ਕਰਨਾ ਜ਼ਰੂਰੀ ਸਮਝੂੰਗਾ ਕਿ ਢੀਂਡਸਾ ਉਹਨਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਸਰਦਾਰ ਸੁਖਦੇਵ ਸਿੰਘ ਢੀਂਡਸਾ ਪਰਮਿੰਦਰ ਸਿੰਘ ਢੀਂਡਸਾ ਸਿਕੰਦਰ ਸਿੰਘ ਮਲੂਕਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਬੀਬੀ ਜਗੀਰ ਕੌਰ ਤਾਂ ਅਹਿਮ ਹੈਗੇ ਹੀ ਆ ਬੀਬੀ ਜਗੀਰ ਕੌਰ ਕਰਕੇ ਸ਼ਾਇਦ ਜਲੰਧਰ ਦੇ ਵਿੱਚ ਮੀਟਿੰਗ ਹੋ ਰਹੀ ਆ ਕਿਉਂਕਿ ਅੱਜ ਉਹਨਾਂ ਨੇ ਪਹਿਲਾਂ ਅਕਾਲੀ ਦਲ ਦੀ ਜ਼ਿੰਮੇਵਾਰੀ ਨਿਭਾਈ ਉਹਨਾਂ ਨੇ ਕਾਗਜ਼ ਕਰਾਏ ਨੇ ਸੁਰਜੀਤ ਕੌਰ ਦੇ ਮਹਿੰਦਰ ਸਿੰਘ KP ਦੇ ਨਾਲ ਉਹਨਾਂ ਦੇ ਨਾਲ ਗੁਰਪ੍ਰਤਾਪ ਸਿੰਘ ਵਡਾਲਾ ਮਨਪ੍ਰੀਤ ਸਿੰਘ ਅਯਾਲੀ ਸੰਤਾ ਸਿੰਘ ਅਮੈਦਪੁਰੀ ਸੁਰਜੀਤ ਸਿੰਘ ਰੱਖੜਾ ਇਹ ਸਾਰੇ ਲੋਕ ਜਲੰਧਰ ਦੇ ਵਿੱਚ ਇਕੱਠੇ ਹੋਏ ਨੇ ਇੱਕ ਅਹਿਮ ਮੀਟਿੰਗ ਚੱਲ ਰਹੀ ਆ ਜੇ ਮੈਂ ਸਰਦਾਰ ਹਰਮੀਤ ਸਿੰਘ ਜੀ ਸਮਝਣਾ ਚਾਹਾਂ ਇਸ ਮੀਟਿੰਗ ਦੇ ਮਾਹਨੇ ਨੰਬਰ 1 ਤਾਂ ਕੀ ਸੁਖਬੀਰ ਸਿੰਘ ਬਾਦਲ ਜਿਸ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਚਲਾ ਰਹੇ ਨੇ ਕੀ ਇਹਨਾਂ ਦੀ ਉਹਦੇ ਨਾਲ ਨਾਰਾਜ਼ਗੀ ਆ ਤਾਂ ਫਿਰ ਬਦਲਵੇਂ ਪ੍ਰਾਵਧਾਨ ਕੀ ਨੇ ਬਦਲਵੇਂ ਪ੍ਰਬੰਧ ਕੀ ਨੇ ਕੀ ਇਹ ਲੋਕ ਸਿਰ ਜੋੜ ਕੇ ਸੁਖਬੀਰ ਸਿੰਘ ਬਾਦਲ ਦੇ ਬਦਲ ਵਜੋਂ ਕੁਛ ਲੱਭਣ ਦਾ ਯਤਨ ਕਰ ਰਹੇ ਆ ਸ਼੍ਰੋਮਣੀ ਅਕਾਲੀ ਦਲ ਦੀ ਜੋ ਇਹ ਹਾਲਤ ਹੋਈ ਆ ਇਹ ਉਹਨੂੰ ਲੈ ਕੇ ਕੋਈ ਚਰਚਾ ਕਰ ਰਹੇ ਨੇ ਕਿ ਹੁਣ ਹੋਵੇ ਕੀ ਇਹ ਲੋਕ ਜਿੱਥੇ ਬੈਠੇ ਨੇ ਉੱਥੇ ਇੱਕ ਚੋਣ ਵੀ ਆ ਉਹਦੇ ਲਈ ਵੀ ਇਹ ਕਿਤੇ ਰਣਨੀਤੀ ਬਣਾ ਸਕਣਗੇ ਵੀ ਸੁਖਬੀਰ ਸਿੰਘ ਬਾਦਲ ਤਾਂ ਚਲੋ ਹੈ ਹੀ
ਅਸੀਂ ਵੀ ਕਿਉਂ ਨਾ ਇੱਕ ਨਵੇਂ ਤਰੀਕੇ ਨਾਲ ਚੱਲੀਏ। ਕੀ ਸੁਖਬੀਰ ਸਿੰਘ ਬਾਦਲ ਦੀ ਕੁਰਸੀ ਨੂੰ ਖਤਰਾ ਹੈ? ਦੇਖੋ ਇਹ ਸਾਰੇ ਦੇ ਸਾਰੇ ਬੰਦੇ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਲੀਕ ਕੱਢ ਕੇ ਵਿਰੋਧ ਕੀਤਾ ਸੀ ਕਿ ਅਸੀਂ ਇਸ ਇਲੈਕਸ਼ਨ ਦੇ ਵਿੱਚ ਬਿਲਕੁਲ ਕੋਈ ਇੱਕ ਪਾਸਾ ਨਹੀਂ ਕਰ ਸਕੇ, ਅਸੀਂ ਫੈਸਲਾ ਹੀ ਨਹੀਂ ਕਰ ਸਕੇ ਵੀ ਅਸੀਂ ਜਾਣਾ ਕਿੱਧਰ ਹੈ, ਅਸੀਂ ਕਿਹਦੇ ਨਾਲ ਜਾਣਾ, ਅਸੀਂ ਇੱਥੋਂ ਜਿੱਤ ਕੇ ਕਿਹਦੇ ਖਾਤੇ 'ਚ ਪਾਵਾਂਗੇ, ਇਸ ਕਰਕੇ ਲੋਕਾਂ ਸਾਨੂੰ ਪਾਸੇ ਕਰਤਾ। ਚੰਦੂਮਾਜਰਾ ਸਾਹਿਬ ਨੇ ਹੀ ਕੋਰ ਕਮੇਟੀ ਦੇ ਉਸ ਪ੍ਰੈਸ ਨੋਟ ਤੇ ਇਤਰਾਜ਼ ਪ੍ਰਗਟ ਕੀਤੇ ਸੀਗੇ ਕਿ ਵਿਸ਼ਵਾਸ ਜਾਂ ਅਵਿਸ਼ਵਾਸ ਦਾ ਕੋਈ ਗੱਲ ਹੀ ਨਹੀਂ ਹੋਈ ਤਾਂ ਫਿਰ ਇਹ ਕਿਉਂ ਆਇਆ। ਉਹਨਾਂ ਨੇ ਇਤਰਾਜ਼ ਪ੍ਰਧਾਨ ਸਾਹਿਬ ਨਾਲ ਵੀ ਵਿਅਕਤ ਕਰਨ ਦੀ ਗੱਲ ਕੀਤੀ ਸੀ। ਹੁਣ ਇੱਥੇ ਬਾਕੀ ਲੋਕਾਂ ਦੇ ਵਿੱਚ ਜੇ ਆਪਾਂ ਚੰਦੂਮਾਜਰਾ ਸਾਹਿਬ ਦੇ ਸਮਾਨਾਂਤਰ ਮਲੋਕਾ ਸਾਹਿਬ ਨੂੰ ਦੇਖੀਏ, ਉਹਨਾਂ ਦਾ ਹਲਕਾ ਵੀ ਵਾਪਸ ਲਿਆ ਗਿਆ, ਉਹਨਾਂ ਦੀ ਨੂੰਹ ਨੇ ਇਲੈਕਸ਼ਨ ਬੀਜੇਪੀ ਵੱਲੋਂ ਲੜੀ ਔਰ ਨਾਲ ਦੀ ਨਾਲ ਉਹਨਾਂ ਨੂੰ ਅਨੁਸ਼ਾਸਨੀ ਕਮੇਟੀ ਤੋਂ ਹਟਾਇਆ ਗਿਆ। ਢੀਂਡਸਾ ਸਾਹਿਬ ਨੂੰ ਟਿਕਟ ਨਹੀਂ ਮਿਲੀ ਉਹਨਾਂ ਦੇ ਪੁੱਤਰ ਨੂੰ, ਉਹ ਨਾਲ ਵੀ ਗਏ, ਉਹਨਾਂ ਭੰਗ ਵੀ ਕੀਤਾ ਸਭ ਕੁਛ, ਸੋ ਇਹ ਉਹਨਾਂ ਦੀ ਵੀ ਨਾਰਾਜ਼ਗੀ ਹੈ। ਬੀਬੀ ਜਗੀਰ ਕੌਰ ਪਹਿਲਾਂ ਨਾਰਾਜ਼ ਸੀ ਫਿਰ ਵਾਪਸ ਆਏ। ਬੀਬੀ ਜਗੀਰ ਕੌਰ ਉਹਨਾਂ ਲੋਕਾਂ 'ਚ ਆਉਂਦੇ ਆ ਜਿਹੜੇ ਸਭ ਤੋਂ ਵੱਧ ਦਲੇਰੀ ਨਾਲ ਕੋਰ ਕਮੇਟੀ 'ਚ ਮਾਮਲੇ ਉਠਾਉਂਦੇ ਆ ਕਿ ਜੇ ਅਕਾਲੀ ਦਲ ਨਾ ਰਿਹਾ ਤੇ ਅਸੀਂ ਕਿੱਥੋਂ ਰਵਾਂਗੇ, ਇਹ ਉਹਨਾਂ ਦਾ ਸਵਾਲ ਸੀਗਾ। ਸੋ ਬਾਕੀ ਰੱਖੜਾ ਸਾਹਿਬ ਦੋਨੇ ਪਾਸੇ ਹੀ ਕਾਫੀ ਚੰਗੇ ਸੰਬੰਧਾਂ 'ਚ ਨੇ, ਸਾਹ ਸੁਰਜੀਤ ਸਿੰਘ ਰੱਖੜਾ। ਮੈਂ ਜਦੋਂ ਸੰਤਾ ਸਿੰਘ ਅਮੈਦਪੁਰੀ ਦੀ ਗੱਲ ਕਰਦਾ, ਉਹ ਵੀ ਕਾਫੀ ਦੇਰ ਦੇ ਪਾਸੇ ਪਾਸੇ ਚੱਲ ਰਹੇ ਸੀਗੇ। ਮਨਪ੍ਰੀਤ ਅਯਾਲੀ ਉਹਨਾਂ ਨੇ ਘਰ ਬੈਠਣ ਦਾ ਫੈਸਲਾ ਕੀਤਾ ਸੀ ਵੀ ਜਿੰਨਾ ਚਿਰ ਇਹ ਲੀਡਰਸ਼ਿਪ ਰਹਿੰਦੀ ਹੈ ਮੈਂ ਤਾਂ ਬੈਠਾ ਜੇ ਘਰ। ਅੱਜ ਜਦੋਂ ਇਹ ਇਕੱਠੇ ਹੋ ਕੇ ਮਿਲ ਰਹੇ ਨੇ ਤਾਂ ਕੀ ਕਰ ਰਹੇ ਨੇ ਜੀ? ਵੈਸੇ ਤਾਂ ਇਹਨੂੰ ਥੋੜਾ ਜਿਹਾ ਵੀ ਹਲਕੇ ਜੇ ਸ਼੍ਰੋਮਣੀ ਅਕਾਲੀ ਦਲ ਨਾਲ ਨਾਰਾਜ਼ ਨਹੀਂ, ਅਕਾਲੀ ਦਲ ਦੇ ਪ੍ਰਧਾਨ ਜਾਂ ਪ੍ਰਧਾਨਗੀ ਜਾਂ ਟਾਪ ਲੀਡਰਸ਼ਿਪ ਨਾਲ ਨਾਰਾਜ਼ ਨੇ। ਅਕਾਲੀ ਤਾਂ ਕਹਿੰਦੇ ਅਸੀਂ ਹੈਗੇ ਹੀ ਹਾਂ, ਅਕਾਲੀ ਦਲ ਤਾਂ ਅਸੀਂ ਰਿਵਾਈਵ ਕਰਨਾ ਹੈ ਜਾਂ ਬਾਕੀ ਦੀ ਗੱਲ ਜਿਹੜੀ ਕਰ ਰਹੇ ਨੇ। ਔਰ ਇਹ ਇਹਨਾਂ ਦੀ ਮੇਰੇ ਖਿਆਲ ਹੈ ਇਨਫੋਰਮਲੀ ਵੀ ਲਗਭਗ ਦੂਜੀ ਮੀਟਿੰਗ ਹੈ। ਵੈਸੇ ਟੈਲੀਫੋਨਿਕ ਮੀਟਿੰਗਾਂ ਤਾਂ ਬਥੇਰੀਆਂ ਹੁੰਦੀਆਂ ਨੇ, ਪਰ ਮਿਲਣੀਆਂ ਵੀ ਜਿਹੜੀਆਂ ਇਸ ਢੰਗ ਨਾਲ ਮਿਲ ਕੇ ਗੱਲ ਕੀਤੀ ਜਾਂਦੀ ਹੈ। ਔਰ ਇੱਕ ਗੱਲ ਜਿਹੜੀ ਉਹ ਮਤੇ ਵਾਲੀ ਆਉਂਦੀ ਹੈ ਕਿ ਭਰੋਸਗੀ ਜਾਂ ਬੇਭਰੋਸਗੀ। ਜੇ ਤੁਸੀਂ ਮਤਾ ਪਾ ਵੀ ਦਿਓਗੇ ਉੱਥੇ ਬੈਠੇ ਭਰੋਸਗੀ, ਜੇ ਮਨਾਂ 'ਚ ਭਰੋਸਗੀ ਨਹੀਂ ਹੈ ਤਾਂ ਇਕੱਲਾ ਕਾਗਜ਼ ਦਾ ਟੁਕੜਾ ਰਹਿ ਜਾਂਦਾ, ਤਾਂ ਬੇਭਰੋਸਗੀ ਤਾਂ ਤੁਰੀ ਫਿਰਦੀ ਹੈ ਸੜਕਾਂ 'ਤੇ ਜਿੱਥੇ ਵੀ ਜਾ ਕੇ ਤੁਸੀਂ ਗੱਲ ਕਰਦੇ ਹੋ। ਜਦੋਂ ਅਲੱਗ ਟਾਈਪ ਦੀ ਗੱਲ ਕਰਦੇ ਹੋ ਤਾਂ ਭਰੋਸਾ ਤਾਂ ਖਿੰਡ ਪੁੱਟ ਜਾਂਦਾ, ਕਈ ਵਾਰ ਝੇਪ 'ਚ ਜਾਂ ਕਿਸੇ ਗੱਲ ਕਰਕੇ ਸਾਹਮਣੇ ਨਹੀਂ ਕਹਿ ਰਹੇ, ਪਰ ਹੁਣ ਤਾਂ ਸਾਹਮਣੇ ਗੱਲਾਂ ਇਹ ਹੋ ਰਹੀਆਂ ਨੇ। ਔਰ ਬਿਲਕੁਲ ਇਹ ਗੱਲ ਠੀਕ ਹੈ ਕਿ ਜਲੰਧਰ ਦੇ ਵਿੱਚ ਮਿਲਣੀ ਇਸ ਕਰਕੇ ਹੀ ਹੋਈ ਹੈ ਕਿਉਂਕਿ ਦਿਨ ਨਹੀਂ ਬਚੇ ਕੈਂਡੀਡੇਟ ਦੀ ਅਨਾਊਂਸਮੈਂਟ ਦੇ ਲਈ। ਔਰ ਕੈਂਡੀਡੇਟ ਅੱਜ ਕਾਗਜ਼ ਭਰਨੇ ਸੀਗੇ, ਜਿਹੜੇ ਦੋ ਮੇਨ ਮੈਂਬਰ ਨੇ ਇਸ ਕਮੇਟੀ ਦੇ, ਜੇ ਇਹਨੂੰ ਇਨਫੋਰਮਲ ਕਮੇਟੀ ਮੰਨ ਲਿਆ ਜਾਏ ਜਾਂ ਜੋ ਵੀ ਹੈ ਜਿਹੜਾ ਮਰਜ਼ੀ, ਉਹਦੇ 'ਚ ਗੁਰਪ੍ਰਤਾਪ ਸਿੰਘ ਬਡਾਲਾ ਅਤੇ ਬੀਬੀ ਜਗੀਰ ਕੌਰ, ਇਹ ਤਾਂ ਉੱਥੋਂ ਹੀ ਨੇ ਲੋਕਲ, ਅਤੇ ਉੱਥੋਂ ਉਹਨਾਂ ਨੇ ਕਾਗਜ਼ ਵੀ ਅੱਜ ਭਰਾਉਣੇ ਸੀ, ਸਵੇਰੇ ਸਵੇਰੇ ਕਾਗਜ਼ ਭਰਾ ਕੇ ਵਿਹਲੇ ਹੋਏ ਅਤੇ ਬਾਕੀਆਂ ਨੂੰ ਕਿਹਾ ਹੋਣਾ ਤੁਸੀਂ ਉੱਥੇ ਆ ਜਾਓ ਕੋਈ ਗੱਲ ਨਹੀਂ ਆਪਾਂ ਬੈਠਾਂਗੇ। ਹੁਣ ਸੁਰਜੀਤ ਕੌਰ ਦਾ ਐਲਾਨ ਤਾਂ ਬੀਬੀ ਜੀ ਨੇ ਆਪ ਕੀਤਾ, ਆਪਣੇ ਵੱਲੋਂ ਕੋਲ ਬਿਠਾ ਕੇ ਕੀਤਾ ਬਕਾਇਦਾ, ਵੀ ਅਸੀਂ ਵਰਕਰ ਨੂੰ ਦਿੱਤੀ ਹੈ ਟਿਕਟ ਅਤੇ ਇਹ ਜਿਹੜੇ ਪਰਿਵਾਰ ਹੈ ਸਾਡਾ ਅਤੇ ਇਹਦੇ ਨਾਲ ਅਸੀਂ ਲੜਾਈ ਲੜਾਂਗੇ ਉਸ ਲੈਵਲ ਦੇ ਉੱਤੇ। ਹੁਣ ਦੋ ਜ਼ਿੰਮੇਵਾਰੀਆਂ ਤਾਂ ਇਹ ਗਰੁੱਪ ਵੀ ਦੇ ਵੀ ਲੀਡਰ ਲਈ ਫਿਰਦੇ ਨੇ। ਇੱਕ ਤਾਂ ਪ੍ਰਧਾਨ ਜੀ ਵੱਲੋਂ ਜਿਹੜੀ ਕਮੇਟੀ ਬਣੀ ਸੀ ਚਾਰ ਮੈਂਬਰੀ, ਬੀਬੀ ਜਗੀਰ ਕੌਰ ਹੈ, ਗੁਰਪ੍ਰਤਾਪ ਬਡਾਲਾ, ਮਹਿੰਦਰ ਸਿੰਘ ਕੇਪੀ ਅਤੇ ਔਰ ਜਿਹੜਾ ਡਾਕਟਰ ਸੁੱਖੀ ਹੋਣੀ। ਔਰ ਉਹ ਕਮੇਟੀ ਦੀ ਮੀਟਿੰਗ ਦਾ ਵੀ ਨਾਲ ਕੰਮ ਕਰ ਰਹੇ ਨੇ, ਨਾਲ ਇਹ ਵੀ ਕੰਮ ਕਰ ਰਹੇ ਨੇ। ਸਵੇਰੇ ਇੱਕ ਲੀਡਰ ਨੇ ਬੜਾ ਕਲੀਅਰਲੀ ਕਿਹਾ ਸੀਗਾ ਕਿ ਪਹਿਲਾਂ ਆਪ ਤਾਂ ਕਲੀਅਰ ਹੋ ਜਾਓ ਸਾਰੇ ਕਿ ਤੁਸੀਂ ਕਿੱਧਰ ਹੋ, ਕਿੱਧਰ ਜਾਣਾ, ਬਬਲਿੰਗ ਰੱਖਣੀ ਹੈ ਜਾਂ ਲਾਈਨ ਕੱਢਣੀ ਹੈ, ਨਹੀਂ ਕੱਢਣੀ ਹੈ, ਮਾੜਾ ਮੋਟਾ ਮਤਲਬ ਇੰਨਾ ਕੁ ਰੱਖਣਾ ਵੀ ਜਦ ਬੁਲਾਉਣਗੇ ਮੁੜ ਕੇ ਚਲੇ ਜਾਵਾਂਗੇ, ਜਾਂ ਹੁਣ ਇਹ ਕਹਿਣਾ ਵੀ ਹੁਣ ਪਾਲਾ ਪਾਰ ਕਰ ਗਏ ਹਾਂ, ਹੁਣ ਇਹ ਗੱਲਾਂ ਤੋਂ ਬਿਨਾਂ ਵਾਪਸ ਮੁੜਨਾ ਬੜਾ ਮੁਸ਼ਕਲ ਹੈ।
ਤੇ ਇੱਧਰ ਮਾਲਵੇ ਨਾਲ ਸੰਬੰਧਿਤ ਇੱਕ ਲੀਡਰ ਨੇ ਕਿਹਾ ਵੀ ਜਿੱਦਣ ਘਰੋਂ ਤੁਰਦੇ ਹਾਂ ਜਦੋਂ ਅਸੀਂ, ਸਾਨੂੰ ਤਾਂ ਇਹ ਕਹਿ ਕੇ ਤੋਰਦੇ ਨੇ ਵਰਕਰ ਵੀ ਅਸਤੀਫੇ ਤੋਂ ਬਿਨਾਂ ਨਾ ਮੁੜਿਓ, ਜੇ ਅਸਤੀਫੇ ਤੋਂ ਬਿਨਾਂ ਮੁੜੇ ਤਾਂ ਕੋਈ ਫਾਇਦਾ ਨਹੀਂ ਹੈ ਫਿਰ ਤੁਹਾਡਾ। ਇਹਨਾਂ ਤੇ ਵੀ ਇੱਕ ਵਰਕਰਾਂ ਦਾ ਜਿਹੜਾ ਪ੍ਰੈਸ਼ਰ ਹੈ ਮੇਰਾ ਖਿਆਲ ਹੈ, ਜਿਹੜੇ ਇਹ ਲੀਡਰ ਵੀ ਨੇ, ਇੱਕ ਵਰਕਰਾਂ ਦਾ ਪ੍ਰੈਸ਼ਰ ਦਾ ਮਤਲਬ ਕੀ ਹੈ ਕਿ ਜਿਹੜੇ ਵਰਕਰਾਂ ਤੋਂ ਸੱਦ ਪੁੱਛ ਕਰਕੇ ਇਦੋਂ ਪਹਿਲਾਂ ਝੂੰਦਾ ਕਮੇਟੀ ਨੇ ਆਪਣੀ ਰਿਪੋਰਟ ਤਿਆਰ ਕੀਤੀ ਸੀ, ਵਰਕਰ ਤਾਂ ਉੱਥੇ ਹੀ ਬੈਠਾ ਹੈ, ਉਹੀ ਨਾਰਾਜ਼ਗੀ 'ਚ ਹੈ, ਉਸੇ ਸੈਟਅਪ ਦੇ ਵਿੱਚ ਹੈ, ਉਹ ਇਹ ਸੋਚਦਾ ਕਿ ਵਾਰ ਵਾਰ ਤੁਸੀਂ ਦੱਸੋ ਜੀ ਕੀ ਕਰਦੇ ਹੋ। ਹਾਲਾਂਕਿ ਮੈਨੂੰ ਇੱਕ ਮੋਗੇ ਤੋਂ ਇੱਕ ਫੋਨ ਆਇਆ ਅੱਜ, ਉਹ ਕਹਿੰਦਾ ਜੀ ਸਾਡੇ ਪਿੰਡ ਦੇ 35 ਅਕਾਲੀ ਬੰਦੇ ਨੇ ਮੀਟਿੰਗ ਕੀਤੀ ਹੈ ਪਿੰਡ ਦਿਆਂ ਨੇ, ਔਰ 35 ਦੇ 35 ਇਹ ਕਹਿ ਰਹੇ ਨੇ ਵੀ ਦੇਖੋ ਜੀ ਬੰਦਾ 41 ਠੀਕ ਹੈ, ਪਰ ਜੇ ਘਰ ਹੀ ਬੈਠਾ ਰਹੂਗਾ ਰੁੱਸ ਕੇ ਤੇ ਕਦੇ ਤੁਰੂਗਾ ਨਹੀਂ ਅੱਗੇ, ਤਾਂ ਫਿਰ ਅਸੀਂ ਕਿਹਦੇ ਨਾਲ ਜਾਈਏ, ਫਿਰ ਉਹਦੇ ਨਾਲ ਵੀ ਕਿਵੇਂ ਜਾਈਏ, ਜੇ ਤਾਂ ਰੁੱਸ ਕੇ ਤੁਸੀਂ ਬੈਠ ਹੀ ਗਏ ਇਦੋਂ, ਤਾਂ ਫਿਰ ਜਿਹੜਾ ਚੱਲਦਾ ਉਹਦੇ ਨਾਲ ਹੀ ਜਾਵਾਂਗੇ, ਜਿਹੜਾ ਚੱਲੂਗਾ, ਜੇ ਬੈਠੇ ਨਾਲ ਤਾਂ ਨਹੀਂ ਜਾਇਆ ਜਾ ਸਕਦਾ, ਜਾਂ ਤਾਂ ਚੱਲ ਪਏ, ਜੇ ਨਹੀਂ ਚੱਲਦੇ ਤਾਂ ਕੀ ਕਰੀਏ। ਕਹਿੰਦੇ ਸਾਡੇ ਬੰਦੇ ਕੀ ਕਰਨ, ਮੈਂ ਕਿਹਾ ਭਾਈ ਸਾਨੂੰ ਤਾਂ ਕੀ ਪਤਾ ਹੁਣ ਤੁਹਾਡੇ ਬੰਦੇ ਕੀ ਕਰਨ, ਤਾਂ ਤੁਹਾਡੀਆਂ ਪਾਰਟੀਆਂ ਦਾ ਇਸ਼ੂ ਨੇ, ਮਤਲਬ ਪਿੰਡ ਪਿੰਡ ਵੀ ਇਹ ਗੱਲ, ਇਹਦਾ ਮਤਲਬ ਸੱਥਾਂ ਤੱਕ ਅਕਾਲੀ ਵਰਕਰਾਂ 'ਚ ਇਹ ਗੱਲ ਡਿਸਕਸ ਹੋ ਰਹੀ ਹੈ ਕਿ ਇਹਦਾ ਕੀ ਹੋਣਾ ਔਰ ਕੀ ਕਰਨਾ, ਕਿਸ ਲੈਵਲ ਦੇ ਉੱਤੇ ਕਰਨਾ, ਔਰ ਉਹਨਾਂ ਨੂੰ ਇੱਕ ਗੱਲ ਜ਼ਰੂਰ ਲੱਗਦੀ ਹੈ ਕਿ ਲੀਡਰਸ਼ਿਪ ਦੇ ਵਿੱਚ ਇੱਕ ਲੈਵਲ ਦੀ ਤਬਦੀਲੀ ਤੋਂ ਬਿਨਾਂ, ਲੀਡਰਸ਼ਿਪ ਦਾ ਮਤਲਬ ਇਕੱਲਾ ਸੁਖਬੀਰ ਸਿੰਘ ਬਾਦਲ ਨਹੀਂ ਹੈ, ਇਹ ਵੀ ਗੱਲ ਇੱਕ ਗੱਲ ਕਰ ਲਵਾਂਗੇ, ਲੀਡਰਸ਼ਿਪ ਦਾ ਮਤਲਬ ਉਹ ਸਾਰੇ ਸੱਜਣ, ਉਹ ਸਾਰੀ ਕੋਰ ਕਮੇਟੀ ਵੀ ਹੈ ਜਿਹਨਾਂ ਨੇ ਉਸੇ ਤਰੀਕੇ ਦੇ ਨਾਲ ਸੱਤਾ ਮਾਣੀ ਹੈ ਲਗਭਗ, ਜਿਹਦੇ ਵਿੱਚ ਪਰਿਵਾਰਕ ਰਾਜਨੀਤੀ ਬਾਕੀ ਚੀਜ਼ਾਂ ਨੇ ਸਾਰਾ ਕੁਝ ਵੀ ਉਸ ਤਰੀਕੇ ਨਾਲ ਜ਼ਿਕਰ ਹੋਇਆ। ਹੁਣ ਅਜੇ ਇੱਕ ਲਾਈਨ ਹੋਰ ਹੈ ਜਿਹੜੀ ਕ੍ਰਿਟੀਕਲ ਹੈ ਇਹਨਾਂ ਦੇ ਵਿੱਚ, ਔਰ ਜਦੋਂ ਸੁਖਬੀਰ ਸਿੰਘ ਬਾਦਲ ਦੇ ਕਲੋਜ ਇੱਕ ਲੀਡਰ ਨਾਲ ਗੱਲ ਹੁੰਦੀ ਹੈ ਤੇ ਉਹ ਕਹਿੰਦੇ ਨੇ ਵੀ ਕਿਵੇਂ ਕਰਨਾ ਤੁਸੀਂ ਦੱਸੋ, ਉਹ ਕਹਿੰਦੇ ਨੇ ਵੀ ਇਹਨਾਂ ਚੋਂ ਬਹੁਤੇ ਬੰਦੇ ਉਹ ਨੇ, ਉਹਦਾ ਇਹ ਕਹਿਣਾ ਸੀਗਾ ਬਿਨਾਂ ਨਾਮ ਲਏ, ਜਿਹੜੇ ਪਾਰਟੀ ਨੂੰ ਹੁਣ ਵੀ ਬੀਜੇਪੀ ਨਾਲ ਅਲਾਈਜ ਕਰਨ ਦੇ ਜ਼ੋਰ ਦੇ ਰਹੇ ਨੇ, ਜਿਹੜੇ ਬੀਜੇਪੀ ਦੀ ਝੋਲੀ ਮੁਸ਼ਕ ਪਾ ਰਹੇ ਨੇ, ਮੁਸ਼ਕਲ ਨਾਲ ਇੱਕ ਵਾਰ ਲਾਈਨ ਕਲੀਅਰ ਹੋਈ ਹੈ ਕਿ ਬੀਜੇਪੀ ਨਾਲ ਤਾਂ ਜਾਣਾ ਹੀ ਨਹੀਂ, ਤੇ ਤੁਸੀਂ ਦੇਖ ਲਓ ਪੰਥ ਦਾ ਕੀ ਬਚੂਗਾ ਜੇਕਰ ਫਿਰ ਉੱਧਰ ਲੈ ਕੇ ਬੀਜੇਪੀ ਨਾਲ ਚਲੇ ਗਏ ਤਾਂ ਕੀ ਹੋਏਗਾ। ਇਟ ਮੀਨਸ ਜੇ ਕੁਐਸਚਨ ਨੇ ਵੱਖ ਵੱਖ ਧਿਰਾਂ ਦੇ, ਇਹਨਾਂ ਕੁਐਸਚਨ ਦੇ ਵਿੱਚੋਂ ਫਿਰ ਇਹ ਜਿਹੜੀ ਮੀਟਿੰਗ ਹੋਏਗੀ ਇਹਦੇ 'ਚ ਕੁਝ ਦੋ ਤਿੰਨ ਚੀਜ਼ਾਂ ਕਲੀਅਰ ਹੋਣਗੀਆਂ। ਪਹਿਲੀ ਗੱਲ, ਤੁਸੀਂ ਇੱਕ ਗੱਲ ਤੇ ਸਹਿਮਤੀ ਕਰ ਲਈ ਹੈ ਕਿ ਫਿਊਚਰ ਦੇ ਵਿੱਚ ਬੀਜੇਪੀ ਨਾਲ ਜਾਣਾ ਜਾਂ ਨਹੀਂ ਜਾਣਾ, ਜਾਂ ਆਪਸ਼ਨਾਂ ਖੁੱਲ੍ਹੀਆਂ ਰੱਖਣੀਆਂ ਨੇ। ਨੰਬਰ 2, ਤੁਸੀਂ ਇਹ ਗੱਲ ਕਰ ਲਈ ਹੈ ਕਿ ਪ੍ਰਧਾਨ ਹੁਣ ਲੀਡਰਸ਼ਿਪ ਚੇਂਜ ਦਾ ਸਮਾਂ ਆ ਗਿਆ, ਇਦੋਂ ਬਿਨਾਂ ਪਿੱਛੇ ਮੁੜਨਾ ਹੀ ਨਹੀਂ ਹੈ, ਕੋਈ ਗੱਲ ਕਰਨੀ ਹੋਣੀ ਹੈ। ਨੰਬਰ 3, ਤੁਹਾਡੀ ਪੋਲਿਟਿਕਸ ਦਾ ਮਿਜਾਜ ਹੁਣ ਪੰਥਕ ਔਰ ਇਨਕਲੂਸਿਵਨੈਸ 'ਚ ਪੰਜਾਬ ਉਸ ਲੈਵਲ ਦੇ ਉੱਤੇ ਹੋਏਗਾ, ਕੇਵਲ ਇੱਕੋ ਇੱਕ ਭਾਈਚਾਰਕ ਸਾਂਝ, ਭਾਈਚਾਰਕ ਸਾਂਝ ਦਾ ਇਕੱਲੇ ਰੱਟੇ ਦੀ ਬਜਾਏ ਇੱਕ ਕਲੀਅਰ ਕੱਟ ਇੱਕ ਲਾਈਨ ਹੋਏਗੀ ਕਿ ਆਹ ਚੀਜ਼ਾਂ ਸਾਡਾ ਫੈਡਰਲ ਸਟਰਕਚਰ ਫਲਾਨਾ ਜੋ ਵੀ ਚੀਜ਼ਾਂ ਹੋਣਗੀਆਂ ਉਹਦੇ 'ਤੇ ਵੀ ਕੋਈ ਸਹਿਮਤੀ ਹੋਏਗੀ। ਤੇ ਇਦੋਂ ਚੌਥੀ ਸਹਿਮਤੀ ਦਾ ਫਿਰ ਗੱਲ ਇਹ ਹੈ ਉਦੋਂ ਅੱਗੇ ਕਿ ਇਹਦਾ ਤਰੀਕਾ ਫਿਰ ਕੀ ਹੋਏਗਾ, ਕਿਵੇਂ ਕਹਿਣਗੇ ਮਤਲਬ ਕਿਸੇ ਨੂੰ ਵੀ ਜਾ ਕੇ ਵੀ ਆਪਾਂ ਐਂ ਕਰਦੇ ਐਂ ਕਰਦੇ, ਜਾਂ ਇਹ ਸਾਰੇ ਸੱਜਣ ਇਕੱਠੇ ਹੋ ਕੇ ਪ੍ਰਧਾਨ ਜੀ ਨੂੰ ਵੀ ਸੱਦਾ ਦੇਣਗੇ ਵੀ ਸਾਰੇ ਚੱਲਦੇ ਹਾਂ ਅਕਾਲ ਤਖ਼ਤ ਤੇ, ਆਪਾਂ ਤਾਂ ਸਰੈਂਡਰ ਕਰੀਏ, ਇੱਕ ਵਾਰ ਲੀਡਰਸ਼ਿਪ ਅਸੀਂ ਤਾਂ ਇੱਥੇ ਸੌਂਪ ਗਏ ਹਾਂ ਜੀ, ਬਾਕੀ ਤੁਹਾਡੀ ਹੈ, ਉਹ ਕੀ ਕਰਦੇ ਨੇ ਕੀ ਨਹੀਂ, ਵੀ ਉਹ ਨਵੇਂ ਸਿਰੇ ਉਹ ਅਕਾਲੀ ਦਲ ਦੀ ਆਪਾਂ ਬਣਾਵਾਂਗੇ ਮਾਹੌਲ। ਇਹ ਚਰਚਾਵਾਂ ਪੂਰੀ ਤਰ੍ਹਾਂ ਵੱਖ ਵੱਖ ਬੰਦਿਆਂ ਦੀਆਂ ਮੂੰਹੋਂ ਚੱਲ ਰਹੀਆਂ ਨੇ, ਵੱਖ ਵੱਖ ਦੀ ਅਪਰੋਚ ਹੈ ਕਿ ਇਸ ਸਾਰੇ ਮਾਮਲੇ ਦੇ ਵਿੱਚ ਕੀਤਾ ਕੀ ਜਾਏ, ਨਵਿਆਇਆ ਕਿਵੇਂ ਜਾਵੇ, ਅਪਰੋਚ ਨੂੰ, ਢੰਗ ਤਰੀਕਿਆਂ ਨੂੰ, ਲੀਡਰਸ਼ਿਪ ਨੂੰ, ਇਹ ਸਾਰੀਆਂ ਗੱਲਾਂ ਦੀ ਰੀਸਟਰਕਚਰਿੰਗ ਦਾ ਕੁਐਸਚਨ ਹੈ। ਇਸ ਲਈ ਹੁਣ ਅੱਜ ਕਾਫੀ ਲੰਬੀ ਮੀਟਿੰਗ, ਖੈਰ ਦੁਪਹਿਰ ਤੋਂ ਸ਼ੁਰੂ ਹੋਈ ਹੈ ਉਹ, ਕਿਉਂਕਿ 11:30 ਵਜੇ ਤੱਕ ਕਾਗਜ਼ ਭਰਾਏ ਗਏ ਨੇ, ਉਦੋਂ ਬਾਅਦ ਫਿਰ ਬੈਠ ਕੇ ਕਦੋਂ ਕਦੋਂ ਕਿੰਨੇ ਕੁ ਸਮੇਂ 'ਚ ਕੋਈ ਆਇਆ
ਉਸ ਸਮੇਂ ਹੋਏਗਾ, ਲੰਚ ਵੀ ਹੋਇਆ ਹੋਏਗਾ, ਔਰ ਲੱਗਦਾ ਕਿ ਥ੍ਰੈਡਬੇਅਰ ਕਾਫੀ ਲੰਮੇ ਸਮੇਂ ਬਾਅਦ ਇੱਕ ਮੀਟਿੰਗ ਹੋਈ ਹੈ ਜਿਹਦੇ 'ਚ ਇਹ ਗੱਲਾਂ ਵਿਚਾਰਨ ਦੀਆਂ ਗੱਲਾਂ ਨੇ। ਅਜੇ ਢੀਂਡਸਾ ਸਾਹਿਬ ਨੂੰ ਵੀ ਲੱਗਦਾ ਹਜੇ ਪੂਰੀ ਤਰ੍ਹਾਂ ਉਹ ਕਹਿੰਦੇ ਮਨ ਬਣਾ ਲੈਣ, ਕਈਆਂ ਨੇ ਹਜੇ ਮਨ ਬਣਾਉਣੇ ਨੇ ਆਪੋ ਆਪਣੇ, ਸਾਰੇ ਬੰਦਿਆਂ ਨੂੰ ਇੱਕ ਦੂਜੇ ਤੇ ਵੀ ਅਜੇ ਪੂਰਾ ਫੇਥ, ਜਿੱਦਣ ਸਾਰਿਆਂ ਦਾ ਆਪਸ 'ਚ ਭਰੋਸਾ ਨਾ ਬਣਿਆ ਤਾਂ ਇਹ ਗੱਲ ਥੋੜ੍ਹੀ ਬਹੁਤ ਤਿਲਕਦੀ ਰਹਿੰਦੀ ਹੈ। ਪਹਿਲਾਂ ਸ਼ਾਇਦ ਇਹਨਾਂ ਮੀਟਿੰਗਾਂ 'ਚੋਂ ਆਪਸੀ ਭਰੋਸੇ ਦਾ ਕ੍ਰਾਈਸਿਸ ਜਾਂ ਉਹ ਇਹਨਾਂ ਨੇ ਡੀਲ ਕਰਨਾ, ਉਦੋਂ ਬਾਅਦ ਅਗਲਾ ਸਟੈਪ ਚੱਕਿਆ ਜਾਊਗਾ, ਉਹਨਾਂ ਚਿਰ ਸ਼ਾਇਦ ਇਹ ਗੱਲ ਹਜੇ ਅੰਡਰ ਡਿਸਕਸ਼ਨ ਹੀ ਰਹਿਣਗੀਆਂ, ਸ਼ਾਇਦ ਹੋਰ ਮੀਟਿੰਗਾਂ ਹੋਣ, ਕੋਈ ਇੰਨੇ ਨਾਲ ਇਕੱਲੇ ਨਾਲ ਗੱਲ ਨਹੀਂ ਚੱਲਣੀ। ਸਰ ਜਗਤਾਰ ਸਿੰਘ ਜੀ, ਬੀਬੀ ਜਗੀਰ ਕੌਰ ਔਰ ਗੁਰਪ੍ਰਤਾਪ ਸਿੰਘ ਵਡਾਲਾ ਤਾਂ ਅੱਜ ਹੋਸਟ ਨੇ, ਜਲੰਧਰ 'ਚ ਮੀਟਿੰਗ ਹੋ ਰਹੀ ਆ, ਮੁੱਖ ਮੰਤਰੀ ਜਲੰਧਰ 'ਚ ਕੋਠੀ ਲੈਣ ਨੂੰ ਫਿਰਦੇ, ਮਤਲਬ ਕੋਠੀ ਤਾਂ ਉਹਨਾਂ ਨੇ ਕਿਰਾਏ ਤੇ ਪਤਾ ਲੱਗਿਆ ਲੈ ਲਈ, ਮੁੱਖ ਮੰਤਰੀ ਤੋਂ ਇਹ ਕਿਰਾਇਆ ਕੌਣ ਲਊਗਾ? ਮੈਨੂੰ ਤੇ ਇਹ ਵੀ ਨਹੀਂ ਸਮਝ ਆਉਂਦੀ, ਕੋਈ ਤਗੜਾ ਹੀ ਦਿਲ ਗੁਰਦੇ ਵਾਲਾ ਹੋਣਾ ਜਿਹੜਾ ਮੁੱਖ ਮੰਤਰੀ ਨੇ ਕਹੋ ਰੁਪਈਆ ਲੱਖ ਰੱਖ ਜਾਓ ਇੱਥੇ, ਪਰ ਚਲੋ ਖੈਰ ਹਾਸਾ ਠੱਠਾ ਆਪਣੀ ਜਗ੍ਹਾ। ਤੇ ਬੀਬੀ ਜਗੀਰ ਕੌਰ ਤੇ ਵਡਾਲਾ ਸਾਹਿਬ ਆਪਣੇ ਯਤਨ ਕਰ ਰਹੇ ਸੀਗੇ ਸੁਰਜੀਤ ਕੌਰ, ਸ਼੍ਰੀਮਤੀ ਸੁਰਜੀਤ ਕੌਰ, ਬੀਬੀ ਸੁਰਜੀਤ ਕੌਰ ਲਈ। ਸੋ ਇਹ ਇੱਕ ਤਾਂ ਇਹ ਗੱਲ, ਦੂਜੀ ਇੱਕ ਗੱਲ ਇਹਦੇ ਵਿੱਚ ਸੀਗੀ ਕਿ ਡਾਕਟਰ ਦਲਜੀਤ ਚੀਮਾ ਦਾ ਪਰਿਵਾਰਕ ਕਰਮ ਖੇਤਰ ਵੀ ਜਲੰਧਰ ਹੀ ਆ, ਤੇ ਉਹ ਵੀ ਥੋੜੇ ਜੇ ਨਾਰਾਜ਼ ਤੰਗ ਜੇ ਲੱਗੇ ਉਹ ਵੀ ਅਕਾਲੀ ਦਲ ਦੇ ਵਿੱਚ, ਉਹਨਾਂ ਦਾ ਕੋਈ ਬਹੁਤਾ ਪਤਾ ਥਾ ਨਹੀਂ ਲੱਗਿਆ। ਮੈਂ ਵੈਸੇ ਇਸ ਤੋਂ ਵੱਧ ਝਾਕਣ ਦਾ ਯਤਨ ਵੀ ਨਹੀਂ ਕੀਤਾ ਕਿ ਉਹ ਜਲੰਧਰ ਦੇ ਵਿੱਚ ਤਾਂ ਉਹਨੂੰ ਹੋਣਾ ਹੀ ਚਾਹੀਦਾ ਸੀ, ਭਾਵੇਂ ਮੀਟਿੰਗ 'ਚ ਸਤਿ ਸ਼੍ਰੀ ਅਕਾਲ ਬੁਲਾ ਕੇ ਚਲੇ ਜਾਂਦੇ ਵੀ ਮੈਂ ਤਾਂ ਦੋਨੇ ਪਾਸੇ ਹੀ ਆ। ਖੈਰ ਸਦਾ ਜਗਤਾਰ ਸਿੰਘ ਜੀ, ਤੁਸੀਂ ਅਕਾਲੀ ਚਲਦੇ ਉਤਰਾਅ ਚੜਾ ਦੇਖਿਆ, ਮੇਨ ਲੀਡਰਸ਼ਿਪ ਨੂੰ ਹਮੇਸ਼ਾ ਜਦੋਂ ਥ੍ਰੈਟ ਹੋਏ ਉਹ ਵੀ ਸਮੇਂ ਦੇਖਿਆ, ਔਰ ਅਕਾਲ ਤਖ਼ਤ ਸਾਹਿਬ ਤੇ ਜਾਂਦੀਆਂ ਚੀਜ਼ਾਂ ਵੀ ਦੇਖੀਆਂ ਨੇ, ਅਕਾਲ ਤਖ਼ਤ ਸਾਹਿਬ ਦੀ ਇੰਟਰਫੇਰੈਂਸ ਵੀ ਦੇਖੀ ਆ, ਅੱਜ ਦੀ ਜਿਹੜੀ ਇਹ ਮੀਟਿੰਗ ਆ ਜਲੰਧਰ ਦੇ ਵਿੱਚ, ਤੇ ਮੀਟਿੰਗ ਦੇ ਵਿੱਚ ਬੈਠੇ ਬੰਦੇ ਕਾਫੀ ਅਹਿਮ ਨੇ, ਮਤਲਬ ਉਹ ਬੰਦੇ ਜਿਹੜੇ ਸੁਖਬੀਰ ਸਿੰਘ ਬਾਦਲ ਦੀ ਕੋਰ ਕਮੇਟੀ 'ਚ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਵੀ ਈਵੈਂਟ ਦੇ ਵਿੱਚ ਕਾਫੀ ਵੱਡੇ ਚਿਹਰੇ ਨੇ, ਕਾਫੀ ਵੱਡੇ ਚਿਹਰੇ ਨੇ। ਜੇ ਉਹ ਹੁਣ ਸੁਖਬੀਰ ਤੋਂ ਵੱਖਰੀ ਧਾਰਾ ਦੇ ਵਿੱਚ ਕਿਤੇ ਬਹਿ ਕੇ ਗੱਲ ਕਰ ਰਹੇ ਨੇ ਤਾਂ ਕੀ ਗੱਲ ਕਰ ਰਹੇ ਹੋਣਗੇ ਜੇ ਤੁਸੀਂ ਸੋਚ ਰਹੇ ਹੋ ਤਾਂ? ਨਹੀਂ, ਮੈਂ ਤਾਂ ਬੜਾ ਪੋਜ਼ਿਟਿਵ ਸੋਚ ਰਿਹਾ, ਮੈਂ ਤਾਂ ਸੋਚ ਰਿਹਾ ਵੀ ਬੀਬੀ ਜਗੀਰ ਕੌਰ ਤੇ ਸਰਦਾਰ ਵਡਾਲਾ ਇਹਨਾਂ ਨੇ ਕੈਂਡੀਡੇਟ ਖੜਾ ਕੀਤਾ ਤੇ ਉਹਦੀ ਕੰਪੇਨ ਸਟ੍ਰੈਟਜੀ ਉਹ ਫਾਈਨਲਾਈਜ਼ ਕਰ ਰਹੇ ਆ। ਮੈਂ ਤਾਂ ਪੋਜ਼ਿਟਿਵ ਨੋਟ ਤੇ ਰੰਧਾਵਾ ਜੀ ਗੱਲ ਸ਼ੁਰੂ ਕਰੂੰਗਾ। ਬਿਲਕੁਲ, ਇਹ ਇਹ ਤੁਸੀਂ ਪਤਾ ਨਹੀਂ ਕੀ ਅੱਗੇ ਉਹਦੀ ਇੰਟਰਪ੍ਰੀਟੇਸ਼ਨ ਕਰ ਰਹੇ ਆ। ਮੇਰੀ ਤਾਂ ਬੜੀ ਸਿੰਪਲ ਜੀ ਧਾਰਨਾ ਹੈ ਕਿ ਅੱਜ ਤਾਂ ਉਹ ਤਿਆਰੀ ਕਰ ਰਹੇ ਹੈ ਕਿ ਜਿਹੜੀ ਸਾਡੀ ਦੁਰਦਸ਼ਾ ਹੋਈ ਸੀਗੀ ਲੋਕ ਸਭਾ ਇਲੈਕਸ਼ਨ ਦੇ ਵਿੱਚ, ਕਿ ਉਹਨੂੰ ਬਦਲਿਆ ਜਾ ਸਕਦਾ ਹੈ, ਤੇ ਜੇ ਉਹਨੂੰ ਬਦਲਣਾ ਹੈ ਤੇ ਪਾਰਟੀ ਨੂੰ ਅੱਗੇ ਕਿਵੇਂ ਚਲਾਉਣਾ, ਉਹ ਤਾਂ ਉਹਦੇ ਵਾਸਤੇ ਸਟ੍ਰੈਟਜੀ ਬਣ ਰਹੀ ਹੈ ਵੀ ਇਹਨੇ ਅਗਲੇ ਕੁਛ ਦਿਨਾਂ ਦੇ ਵਿੱਚ ਤਾਂ ਕਿ ਇਸ ਬਾਈ ਇਲੈਕਸ਼ਨ ਦੇ ਵਿੱਚ ਉਹ ਸਿਚੁਏਸ਼ਨ ਨੂੰ ਚੇਂਜ ਕੀਤਾ ਜਾ ਸਕੇ। ਮੈਂ ਪੋਜ਼ਿਟਿਵ ਲੈ ਕੇ ਚੱਲ ਰਿਹਾ। ਤੁਹਾਡਾ ਮਤਲਬ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਗੈਰ ਹਾਜ਼ਰੀ 'ਚ ਬੀਬੀ ਜਗੀਰ ਕੌਰ ਔਰ ਵਡਾਲਾ ਸਾਹਿਬ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਆ, ਇਹ ਵੱਡੇ ਲੀਡਰ ਨੌਕ ਕੀਤੇ ਆ ਵੀ ਆਓ ਭਾਈ ਅਸੀਂ ਇਕੱਲੇ ਪੈ ਗਏ, ਸਾਡਾ ਸਾਥ ਦਿਓ, ਆਪਾਂ ਸੁਖਬੀਰ ਦੀ ਗੈਰ ਹਾਜ਼ਰੀ ਦੇ ਵਿੱਚ ਇਹ ਕਿਧਰੇ ਥੱਲੇ ਨਹੀਂ ਲੱਗਣ ਦੇਣਾ, ਅਕਾਲੀ ਦਲ ਸਾਡਾ ਨੱਕ ਨਹੀਂ ਵੱਢਿਆ ਜਾਣਾ ਚਾਹੀਦਾ, ਇਹੀ ਗੱਲ ਹੈ ਨਾ? ਨਹੀਂ, ਪਾਰਟੀ ਤਾਂ ਸਾਰਿਆਂ ਦੀ ਸਾਂਝੀ ਹੈ ਨਾ, ਸੁਖਬੀਰ ਜੀ ਦੀ ਪਰਸਨਲ ਪ੍ਰਾਪਰਟੀ ਤਾਂ ਹੈ ਨਹੀਂ ਗੀ, ਉਹ ਤਾਂ ਖੁਦ ਵੀ ਕਹਿੰਦੇ ਹੁੰਦੇ ਆ ਬਈ ਸ਼੍ਰੋਮਣੀ ਅਕਾਲੀ ਦਲ ਤਾਂ ਸ਼੍ਰੋਮਣੀ ਅਕਾਲੀ ਦਲ ਹੈ, ਕਿਸੇ ਦੀ ਨਿੱਜੀ ਜਾਇਦਾਦ ਥੋੜੀ ਹੈ, ਇਹ ਤਾਂ ਸੁਖਬੀਰ ਜੀ ਕਹਿੰਦੇ ਹੁੰਦੇ। ਮੈਂ ਤਾਂ ਉਹਨਾਂ ਨੂੰ ਰਿਪੀਟ ਕਰ ਰਿਹਾ ਜੀ, ਮੈਂ ਤਾਂ ਆਪਣੇ ਵੱਲੋਂ ਕੁਛ ਵੀ ਨਹੀਂ ਕਹਿ ਰਿਹਾ ਅੱਜ, ਠੀਕ ਹੈ ਜੀ। ਹਾਂਜੀ, ਤੋਂ ਮੈਂ ਬੜਾ ਕਲੀਅਰ ਜਿਹਾ ਹੋ ਕੇ ਚੱਲਿਆ। ਹਮੀਰ ਜੀ ਕਹਿੰਦੇ ਵੀ ਜੇ ਇਹ ਬੈਠੇ ਨੇ ਇਸੇ ਗੱਲ ਹੀ ਬੈਠੇ, ਪਰ ਇਹਨਾਂ ਨੇ ਉਦਣ ਦੀ ਕੋਰ ਕਮੇਟੀ ਵਾਲੀ ਗੱਲ ਤਾਂ ਸ਼ੋਈ ਹੋਊਗੀ ਜੇ ਤੇ ਉੱਥੋਂ ਹੀ ਸ਼ੋਲੀ ਹੋਵੇ। ਨਹੀਂ ਆਪਾਂ, ਨਹੀਂ ਆਪਾਂ ਗੱਲ ਸਾਰੇ ਹੀ ਕਰਾਂਗੇ ਨਾ, ਮੈਂ ਪੋਜ਼ਿਟਿਵ ਨੋਟ ਤੋਂ ਸ਼ੁਰੂ ਕਰਦਾ ਨਾ। ਅਕਾਲੀ ਦਲ ਨੂੰ ਤਕੜਾ ਕਿਵੇਂ ਕਰਨਾ, ਜੋ ਅਕਾਲੀ ਦਲ ਬੜੇ ਸਾਲਾਂ ਤੋਂ ਥੱਲੇ ਡਿੱਗਦਾ ਆ ਰਿਹਾ ਤੇ ਅੱਜ ਉਹ ਕੋਸ਼ਿਸ਼ ਕਰ ਰਹੇ ਆ ਵੀ ਆਪਾਂ ਨਵੇਂ ਢੰਗ ਤਰੀਕੇ ਕੋਈ ਲੱਭੀਏ, ਜੇ ਲੀਡਰ ਵੀ ਚੇਂਜ ਕਰਨਾ ਤਾਂ ਕੀ ਹਰਜ ਹੈ, ਜੇ ਪਾਰਟੀ ਤਕੜੇ ਗੱਲ ਤਾਂ ਪਾਰਟੀ ਤਕੜੇ ਕਰਦੀ ਰਹਿੰਦਾ ਵਾ ਜੀ,
ਉਹਦੇ ਵਿੱਚ ਕਿਸੇ ਨੂੰ ਕੁਰਬਾਨੀ ਕਰਨੀ ਪਵੇ, ਕੋਈ ਲੀਡਰ ਬਦਲਣਾ ਪਵੇ ਤੇ ਬਦਲ ਦੇਣਾ ਚਾਹੀਦਾ। ਕਿਸੇ ਦੀ ਨਿੱਜੀ ਜਾਇਦਾਦ ਥੋੜੀ ਹੈ, ਇਹ ਤਾਂ ਪ੍ਰਧਾਨ ਵੀ ਪਾਰਟੀ ਦਾ ਕਹਿ ਰਿਹਾ ਵੀ ਨਿੱਜੀ ਜਾਇਦਾਦ ਨਹੀਂ ਹੈ। ਸੋ ਗੱਲ ਤਾਂ ਪਾਰਟੀ ਤਕੜੇ ਕਰਨ ਦੀ ਹੈ, ਇਮੀਡੀਏਟ ਟਾਰਗੇਟ ਜਲੰਧਰ ਬਾਈ ਇਲੈਕਸ਼ਨ। ਮੈਂ ਉਸ ਸੰਦਰਭ ਦੇ ਵਿੱਚ ਸਾਰੀ ਗੱਲ ਕਰ ਰਿਹਾ। ਮੈਂ ਇੱਕ ਗੱਲ ਕਲੀਅਰ ਕਰਦਿਆਂ ਪਹਿਲਾਂ ਬਾਕੀ ਤੋਂ, ਅਮੀਰ ਜੀ ਹੁਣੇ ਅਕਾਲ ਤਖ਼ਤ ਸਾਹਿਬ ਦੀ ਗੱਲ ਕਰ ਰਹੇ ਸੀਗੇ, ਇਹ 2022 ਦੀ ਇਲੈਕਸ਼ਨ ਤੋਂ ਬਾਅਦ ਵੀ ਗੱਲ ਚੱਲੀ ਸੀ ਵੀ ਅਕਾਲ ਤਖ਼ਤ ਪੇਸ਼ ਹੋ ਜਾਵੇ ਤੇ ਉਹਨਾਂ ਨੂੰ ਕਿਹਾ ਜਾਵੇ ਵੀ ਤੁਸੀਂ ਇੰਟਰਵੀਨ ਕਰੋ ਤੇ ਪਾਰਟੀ ਬਣਾਓ। ਇਹ ਪੁਰਾਣੇ ਤਰੀਕੇ ਆ ਬਹੁਤ, ਤੇ ਹੁਣ ਉਹ ਪੋਸੀਬਲ ਹੀ ਨਹੀਂ ਆ। ਅਗਲੇ ਦਿਨ ਹੀ ਸ਼੍ਰੋਮਣੀ ਅਕਾਲੀ ਦਲ ਇਲੈਕਸ਼ਨ ਕਮਿਸ਼ਨ ਵੱਲੋਂ ਡਿਸਕੁਆਲੀਫਾਈ ਹੋ ਜਾਏਗਾ। ਹੁਣ ਉਹ ਜਿਹੜੀ ਇੰਟਰਫੀਅਰੈਂਸ ਹੁੰਦੀ ਸੀ ਨਾ, ਉਹ ਬਹੁਤ ਪੁਰਾਣੀ ਹੁੰਦੀ ਸੀਗੀ, ਹੁਣ ਤਾਂ ਕਾਨੂੰਨ ਇਹ ਸਾਰੇ ਲਾ ਬਣ ਗਏ। ਅਕਾਲ ਤਖ਼ਤ ਵਾਲੇ ਪਾਸੇ ਸ਼੍ਰੋਮਣੀ ਅਕਾਲੀ ਦਲ ਹੁਣ ਮੂੰਹ ਕਰ ਹੀ ਨਹੀਂ ਸਕਦਾ ਪਾਰਟੀ ਦੇ ਮਾਮਲਿਆਂ ਦੇ ਉੱਤੇ ਆ ਕੇ। ਹਾਂ ਜੀ, ਜੇ ਇਹਨਾਂ ਸਾਰਿਆਂ ਨੇ ਇਕੱਠੇ ਹੋ ਕੇ ਮਾਫ਼ੀ ਮੰਗਣੀ ਹੋਵੇ ਆਪਣੇ ਗੁਨਾਹਾਂ ਦੇ ਪਿਛਲਿਆਂ ਦੀ, ਉਹ ਅਲੱਗ ਚੀਜ਼ ਹੈ। ਲੇਕਿਨ ਜੇ ਪਾਰਟੀ ਨੂੰ ਰੀਆਰਗਨਾਈਜ਼ ਕਰਨਾ, ਉਹਦੇ ਵਾਸਤੇ ਅਕਾਲ ਤਖ਼ਤ ਦੀ ਇੰਟਰਵੈਂਸ਼ਨ ਨਹੀਂ ਹੋ ਸਕਦੀ, ਨਾਲ ਦੀ ਨਾਲ ਹੀ ਪਾਰਟੀ ਡਿਸਕੁਆਲੀਫਾਈ ਹੋ ਜਾਏਗੀ। ਇਹ ਗੱਲ ਪਹਿਲਾਂ ਵੀ ਡਿਸਕਸ ਪਾਰਟੀ ਦੇ ਵਿੱਚ ਇੱਕ ਲੈਵਲ 'ਤੇ ਹੋ ਚੁੱਕੀ ਹੈ। ਜਿਹੜੇ ਲੋਕ ਇਹ ਗੱਲ ਕਰਦੇ ਸੀ ਜਿੱਥੋਂ ਸ਼ੁਰੂ ਹੋਈ ਸੀ ਗੱਲ, ਉਹਨਾਂ ਨੂੰ ਸਮਝਾਇਆ ਗਿਆ ਸੀ ਕੁਛ ਸੈਕਸ਼ਨ ਵੱਲੋਂ ਕਿ ਪੋਸੀਬਲ ਨਹੀਂ। ਅਤੇ ਹੁਣ ਗੱਲ ਇੱਕ ਭਰੋਸੇ ਦੀ ਵੀ ਕੀਤੀ ਸੀਗੀ, ਬਈ ਭਰੋਸਾ ਕੋਰ ਕਮੇਟੀ ਮੈਂਬਰਾਂ ਦਾ ਕਿ ਭਰੋਸਾ ਆਮ ਲੋਕਾਂ ਦਾ, ਦੋਵਾਂ ਦੇ ਵਿੱਚ ਫਰਕ ਹੈ ਜੀ। ਆਪਾਂ ਮੰਨ ਕੇ ਚੱਲਦੇ ਹਾਂ ਵੀ ਜਿਹੜਾ ਪ੍ਰੈਸ ਨੋਟ ਇਸ਼ੂ ਹੋਇਆ ਸੀ, ਮੈਂ ਮੰਨ ਕੇ ਚੱਲਦਾ ਵੀ ਉਹ ਬਿਲਕੁਲ ਠੀਕ ਹੈ, ਅਤੇ ਚੰਦੂ ਬਾਜਰਾ ਜੀ ਝੂਠ ਬੋਲ ਰਹੇ ਆ, ਇਹ ਅੰਦਰ ਸਪੋਰਟ ਕਰਕੇ ਆਏ ਸੀ ਅਤੇ ਬਾਹਰ ਆ ਕੇ ਝੂਠ ਬੋਲਦਾ, ਮੈਂ ਮੰਨ ਕੇ ਤੁਰਦਾ ਹੈ ਫਾਰ ਦੀ ਟਾਈਮ ਬੀ। ਪਰ ਇਹਦੇ ਨਾਲ ਕੋਈ ਮਟੀਰੀਅਲ ਡਿਫਰੈਂਸ ਨਹੀਂ ਪੈਂਦਾ। ਜੇ ਸਾਰੀ ਕੋਰ ਕਮੇਟੀ ਨੇ ਯੂਨੈਨੀਮਸ ਲਈ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਵਿੱਚ ਭਰੋਸਾ ਵਿਅਕਤ ਕਰ ਦਿੱਤਾ ਹੋਵੇ ਤਾਂ ਉਹਦੇ ਨਾਲ ਕੀ ਫਰਕ ਪੈਂਦਾ ਜੀ? ਜਦ ਤੱਕ ਭਰੋਸਾ ਦਾ ਲੋਕਾਂ ਦਾ ਭਰੋਸਾ ਪਾਰਟੀ ਨਹੀਂ ਜਿੱਤਦੀ, ਭਰੋਸਾ ਉਹ ਜ਼ਰੂਰੀ ਹੈ। ਸੋ ਜਿਨ੍ਹਾਂ ਨੇ ਪ੍ਰੈਸ ਨੋਟ ਇਸ਼ੂ ਕੀਤਾ ਹੈ ਨਾ, ਉਹਨਾਂ ਨੂੰ ਇਹ ਇੰਨਾ ਕੁ ਸਮਝ ਆਉਣੀ ਚਾਹੀਦੀ ਸੀਗੀ ਵੀ ਇਹਨਾਂ ਦੇ ਭਰੋਸੇ ਨਾਲ ਪਾਰਟੀ ਨਹੀਂ ਚੱਲਣੀ। ਜਿਹੜੇ ਲੀਡਰ ਉੱਥੇ ਮੀਟਿੰਗ 'ਚ ਬੈਠੇ ਸੀਗੇ, ਜਿਹੜੇ ਤੁਹਾਡੇ ਕੋਰ ਬੇਸ ਹੈ, ਜਦ ਤੱਕ ਉਹਦਾ ਤੁਹਾਡੇ 'ਚ ਭਰੋਸਾ ਨਹੀਂ ਹੈ, ਉਹ ਭਰੋਸਾ ਟੁੱਟ ਚੁੱਕਿਆ। ਜੇ ਅੱਜ ਇਹ ਸੱਜਣ ਬੈਠੇ ਹੈ ਤਾਂ ਇਹਨਾਂ ਨੂੰ ਵੀ ਇਹ ਦੇਖਣਾ ਪੈਣਾ ਹੈ ਵੀ ਜੇ ਮੁੜ ਕੇ ਪਾਰਟੀ ਦੇ ਵਿੱਚ ਲੋਕਾਂ ਦਾ ਭਰੋਸਾ ਲੈਣਾ ਤੇ ਉਹਦੇ ਵਾਸਤੇ ਸਟੈਪਸ ਕੀ ਹੋਣ, ਕੀ ਬਿਨਾਂ ਲੀਡਰਸ਼ਿਪ ਚੇਂਜ ਕੀਤੀ ਉਹ ਪੋਸੀਬਲ ਹੈ ਜੀ? ਤੇ ਜੇ ਬਿਨਾਂ ਲੀਡਰਸ਼ਿਪ ਚੇਂਜ ਕੀਤੀ ਉਹ ਪੋਸੀਬਲ ਹੈ ਤਾਂ ਉਹਦਾ ਤਰੀਕਾ ਕੀ ਹੋਵੇ? ਕਿਉਂਕਿ ਜਿਹੜਾ ਥੱਲਿਓਂ ਫੀਡਬੈਕ ਆ ਰਹੀ ਹੈ ਉਹ ਤਾਂ ਬੜੀ ਸਪਸ਼ਟ ਹੈ। ਜਦੋਂ ਸਰ ਇਕਬਾਲ ਸਿੰਘ ਝੂਦਾ ਦੀ ਕਮੇਟੀ ਦੇ ਅਗਵਾਈ 'ਚ ਕਮੇਟੀ ਹਰ ਹਲਕੇ 'ਚ ਗਈ ਸੀਗੀ ਅਤੇ ਉੱਥੋਂ ਇੱਕੋ ਆਵਾਜ਼ ਹੀ ਨਿਕਲੀ ਸੀਗੀ, ਉਹ ਲੀਡਰਸ਼ਿਪ ਚੇਂਜ ਸੀਗੀ। ਅਤੇ ਉਹਨੂੰ ਜਿਹੜੀ ਰਿਪੋਰਟ ਸੀਗੀ ਉਹਨੂੰ ਮੋਡੀਫਾਈ ਕਰਕੇ ਪਾਇਆ ਗਿਆ, ਪ੍ਰੈਸ਼ਰ ਪਿਆ ਸੀਗਾ। ਜੇ ਆਵਾਜ਼ 2022 ਤੋਂ ਲੈ ਕੇ ਹੁਣ ਤੱਕ ਉਹੀ ਚੱਲੀ ਆ ਰਹੀ, ਲੋਕਾਂ ਨੇ ਤਾਂ ਫਿਰ ਤੁਹਾਡੀਆਂ ਸਿਕਿਉਰਟੀਆਂ ਜ਼ਬਤ ਕਰਾਤੀਆਂ। ਉੱਥੋਂ ਲੈਸਨ ਲਰਨ ਕਰਨ ਦੀ ਲੋੜ ਹੈ, ਨਾ ਕਿ ਬਠਿੰਡਾ ਜਿੱਤ ਕੇ ਕਹਿਣਾ ਵੀ ਅਸੀਂ ਜਿੱਤ ਗਏ ਤੁਸੀਂ ਹਾਰ ਗਏ, ਇਹ ਨਹੀਂ ਹੈ। ਲੋਕਾਂ ਦਾ ਭਰੋਸਾ ਕਿਵੇਂ ਲੈਣਾ ਜੀ? ਹੁਣ ਹਮੀਰ ਜੀ ਗੱਲ ਕਰ ਰਹੇ ਟਾਪ ਲੀਡਰਸ਼ਿਪ ਦੀ, ਜਿਹੜੇ ਜਲੰਧਰ ਜਿਹੜੇ ਤੁਸੀਂ ਨਾਂ ਲਏ ਯਾਰ, ਮੈਨੂੰ ਪਤਾ ਨਹੀਂ ਵੀ ਮੀਟਿੰਗ ਕਰ ਰਹੇ ਕਿ ਨਹੀਂ ਕਰ ਰਹੇ, ਮੈਂ ਤਾਂ ਆਪਣੇ ਹਿਸਾਬ 'ਤੇ ਗੱਲ ਕਰ ਰਿਹਾ, ਮੈਂ ਤਾਂ ਇਹ ਸੋਚ ਕੇ ਚੱਲਿਆ ਵੀ ਉਹ ਕੰਪੇਨ ਕਮੇਟੀ ਬੈਠੀ ਹੋ ਜੀ ਜੀ, ਅਤੇ ਉਹ ਇਹ ਵੀ ਸਾਰੇ ਟਾਪ ਲੀਡਰਸ਼ਿਪ ਹੈ। ਦੇਖੋ
ਸੋ ਟਾਪ ਲੀਡਰ ਤੇ ਟਾਪ ਲੀਡਰਸ਼ਿਪ ਇਹ ਵੀ ਮੈਂ ਫਰਕ ਪਾ ਕੇ ਚੱਲ ਰਿਹਾ ਵੀ ਸਾਰੀ ਟਾਪ ਲੀਡਰਸ਼ਿਪ ਸਾਰੀ ਹੀ ਚੇਂਜ ਕਰਨੀ ਹੈ ਜੇ ਸਾਰੀ ਚੇਂਜ ਕਰਨੀ ਤਾਂ ਕੌਣ ਅੱਗੇ ਆਏਗਾ ਕਿ ਟਾਪ ਲੀਡਰ ਚੇਂਜ ਕਰਨਾ ਹੈ ਦੋ ਗੱਲਾਂ ਦੇ ਵਿੱਚ ਫਰਕ ਹੈ ਬੇਸਿਕ ਇਸ਼ੂ ਇਹ ਹੈ ਕਿ ਇਸ ਵੇਲੇ ਪਾਰਟੀ ਤਕੜੀ ਕਿਵੇਂ ਕਰਨੀ ਹੈ ਜਲੰਧਰ ਦੀ ਬਾਈ ਇਲੈਕਸ਼ਨ ਕਿਵੇਂ ਜਿੱਤਣੀ ਹੈ ਹਾਰੀ ਹੋਈ ਸੀਟ ਨੂੰ ਅਤੇ ਮਿਹਨਤ ਕਰਨੀ ਬੜੀ ਜਿਗਰਾ ਚਾਹੀਦਾ ਹੁੰਦਾ ਹਾਂਜੀ ਤਾਂ ਇਹਨੇ ਸਾਰੇ ਲੀਡਰ ਮੇਰੇ ਖਿਆਲ ਦੇ ਵਿੱਚ ਇਕੱਠੇ ਹੋਏ ਹੈ ਇਹ ਫੈਸਲਾ ਇਹ ਕਰਨਾ ਇਹਨਾਂ ਨੇ ਕਰਨਾ ਚਾਹੀਦਾ ਵੀ ਜੇ ਪਾਰਟੀ ਨੇ ਤਕੜੇ ਹੋ ਕੇ ਇਲੈਕਸ਼ਨ ਲੜਨੀ ਹੈ ਇਸ ਲੀਡਰਸ਼ਿਪ ਦੇ ਥੱਲੇ ਲੜਨੀ ਹੈ ਕਿ ਜਾਂ ਨਵੀਂ ਲੀਡਰਸ਼ਿਪ ਆਉਣੀ ਚਾਹੀਦੀ ਹੈ ਫੈਸਲਾ ਇਹਨਾਂ ਲੋਕਾਂ ਨੇ ਕਰਨਾ ਇਹੀ ਤਾਂ ਵੈਸੇ ਅਬਜ਼ਰਵਰ ਹੈਗੀਆਂ ਜੀ ਸਾਮੀਰ ਸਿੰਘ ਜੀ ਤੁਸੀਂ ਕੁਝ ਕਹਿਣਾ ਚਾਹ ਰਹੇ ਸੀ ਜਦੋਂ ਸਰਦਾਰ ਜਗਤਾਰ ਸਿੰਘ ਹੋਰੀ ਕਹਿ ਰਹੇ ਸੀਗੇ ਕਿ ਜੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇੰਟਰਵੈਂਸ਼ਨ ਹੋ ਜਾਂਦੀ ਹੈ ਜਾਂ ਇੰਟਰਵੈਂਸ਼ਨ ਮੰਗ ਲਈ ਜਾਂਦੀ ਹੈ ਤਾਂ ਭਾਰਤੀ ਸੰਵਿਧਾਨ ਦੇ ਅਨੁਸਾਰ ਇਹ ਉਸ ਵੇਲੇ ਡਿਸਕੁਆਲੀਫਾਈ ਹੋ ਜਾਣਗੇ ਤਾਂ ਮੈਨੂੰ ਹਲਕਾ ਜਿਹਾ ਤੁਹਾਡਾ ਉਹਦੇ ਵਿੱਚ ਇੱਕ ਵੱਖਰਾ ਵਿਊ ਪੁਆਇੰਟ ਨਜ਼ਰ ਆ ਰਿਹਾ ਸੀਗਾ ਤੇ ਮੈਂ ਇੱਕ ਤਾਂ ਤੁਹਾਡੇ ਕੋਲੋਂ ਉਹ ਸਮਝਣਾ ਤੇ ਦੂਜਾ ਸਵਾਲ ਇਹ ਹੈ ਕਿ ਜੇਕਰ ਮੰਨ ਲਓ ਇਹ ਲੋਕ ਸਮਾਨਾਂਤਰ ਮੀਟਿੰਗਾਂ ਕਰ ਰਹੇ ਨੇ ਤਾਂ ਆਖਰ ਇਹਦੇ ਵਿੱਚੋਂ ਰਿਜ਼ਲਟ ਕੀ ਕੱਢ ਸਕਦੇ ਨੇ ਜੇ ਇਹ ਅਸਤੀਫਾ ਮੰਗ ਲੈਂਦੇ ਵੱਧ ਤੋਂ ਵੱਧ ਪ੍ਰਧਾਨ ਦਾ ਕਿ ਪ੍ਰਧਾਨ ਅਸਤੀਫਾ ਦੇਵੇ ਤਾਂ ਪ੍ਰਧਾਨ ਨਹੀਂ ਦਿੰਦੇ ਤਾਂ ਫਿਰ ਕੀ ਕਰ ਲੈਣਗੇ ਦੂਜੀ ਗੱਲ ਕਿ ਕੀ ਇਹ ਕਿਸੇ ਜਗ੍ਹਾ ਤੇ ਐਗਜ਼ੈਕਟਿਵ ਬਾਡੀ ਦੀ ਮੀਟਿੰਗ ਸੱਦ ਸਕਦੇ ਆ ਕਾਰਜਕਾਰਨੀ ਦੀ ਜਾਂ ਫਿਰ ਇਹ ਜਨਰਲ ਅਜਲਾਸ ਬੁਲਾ ਸਕਦੇ ਨੇ ਕੁਝ ਫੈਸਲੇ ਲੈਣ ਲਈ ਵੱਡੇ ਤੋਂ ਵੱਡਾ ਤਾਂ ਵੱਡੀ ਛਾਲ ਤਾਂ ਇਹੀ ਵੱਧ ਸਕਦੀ ਆ ਉਸ ਤੋਂ ਪਹਿਲਾਂ ਕੀ ਇੱਕ ਵਫਦ ਰੂਪ ਵਿੱਚ ਵੀ ਇਹ ਸਾਰੇ ਜਣੇ ਫੈਸਲਾ ਕਰ ਸਕਦੇ ਵੀ ਸਰ ਸੁਖਬੀਰ ਸਿੰਘ ਬਾਦਲ ਨੂੰ ਮਿਲਿਆ ਜਾਵੇ ਤੇ ਉਹਨਾਂ ਨੂੰ ਕਿਹਾ ਜਾਵੇ ਕਿ ਕੋਈ ਜਿਹੜਾ ਵੱਖਰਾ ਪ੍ਰਬੰਧ ਕਰਕੇ ਫਾਰ ਦਾ ਟਾਈਮ ਬੀਇੰਗ ਆਪਾਂ ਨਵੀਂ ਇਲੈਕਸ਼ਨ ਲਈ ਭਰਤੀ ਕਰਨ ਲਈ ਜਾਂ ਬਾਕੀ ਚੀਜ਼ਾਂ ਲਈ ਅੱਗੇ ਵਧੀਏ ਕੋਈ ਪ੍ਰਜੀਡੀਐਮ ਕੋਈ 11 ਮੈਂਬਰੀ ਜਾਂ ਕੁਛ ਵੀ ਤਾਂ ਤੁਹਾਨੂੰ ਇਹਦੇ ਇਹ ਕਿੰਨੇ ਕੁ ਪਹਿਲੂ ਜਿਹੜੇ ਤੁਹਾਨੂੰ ਲੱਗਦਾ ਇਹਨਾਂ ਕੋਲ ਹੈਗੇ ਨੇ ਇਹਨਾਂ ਕੋਲ ਕਰਨ ਲਈ ਕੀ ਹੈ ਕੀ ਆ ਮੀਟਿੰਗਾਂ ਦਾ ਕਈ ਵਾਰੀ ਘੰਟਿਆਂ ਤੱਕ ਮੀਟਿੰਗਾਂ ਚੱਲੀ ਜਾਣ ਉਹਦਾ ਵੀ ਆਊਟਪੁੱਟ ਆਪਾਂ 7 ਘੰਟੇ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਇੱਕ ਪ੍ਰੈਸ ਨੋਟ ਦੇਖਿਆ ਸੀ ਤੇ ਪ੍ਰੈਸ ਨੋਟ ਤੇ ਵੀ ਰੌਲਾ ਪੈ ਗਿਆ ਸੋ ਤੁਸੀਂ ਕਿਵੇਂ ਸਮਝ ਰਹੇ ਹੋ ਚੀਜ਼ਾਂ ਨੂੰ ਮੈਂ ਤਾਂ ਜਿਹੜੀ ਪਹਿਲੀ ਗੱਲ ਹੈ ਕਿ ਅਕਾਲੀ ਦਲ ਡਿਸਕੁਆਲੀਫਾਈ ਹੋ ਜਾਏਗਾ ਮੈਨੂੰ ਲੱਗਦਾ ਇੰਨੇ ਨਾਲ ਡਿਸਕੁਆਲੀਫਾਈ ਨਹੀਂ ਹੋ ਜਾਏਗਾ ਅਕਾਲੀ ਦਲ ਕਿ ਇੱਕ ਵਾਰ ਉੱਥੇ ਅਸਤੀਫੇ ਦੇ ਤੇ ਅਤੇ ਉਦੋਂ ਬਾਅਦ ਪਾਰਟੀ ਪਾਰਟੀ ਦੀ ਮੈਂਬਰਸ਼ਿਪ ਅਕਾਲੀ ਦਲ ਨੇ ਖੁਦ ਕੱਟਣੀ ਹੈ ਨਵੀਂ ਲੀਡਰਸ਼ਿਪ ਖੁਦ ਚੁਣਨੀ ਹੈ ਉਹਦਾ ਅਜਲਾਸ ਖੁਦ ਚੁਣਨਾ ਹੈ ਔਰ ਅਕਾਲੀ ਦਲ ਐਜ ਏ ਅਕਾਲੀ ਦਲ ਐਸ ਜੀ ਪੀ ਸੀ ਦੀ ਇਲੈਕਸ਼ਨ ਲੜ ਰਿਹਾ ਹੈ ਔਰ ਰਿਲੀਜੀਅਸ ਮਾਮਲਾ ਉਹ ਸਾਰੇ ਮਾਮਲੇ ਦੇ ਵਿੱਚ ਇਕੱਲਾ ਇਸੇ ਲਈ ਬਲਵੰਤ ਸਿੰਘ ਖੇੜਾ ਇਹ ਸਵਾਲ ਉਠਾ ਰਹੇ ਸੀ ਨਾ ਕਿ ਦੋ ਸੰਵਿਧਾਨ ਕਿਉਂ ਨੇ ਜੀ ਇੱਕ ਅਕਾਲੀ ਦਲ ਦਾ ਕਿ ਇੱਕ ਉੱਧਰ ਅਕਾਲੀ ਦਲ ਵਾਲੇ ਮੇਨ ਸਵਾਲ ਤੋਂ ਸੈਕੂਲਰ ਪਾਇਆ ਹੋਇਆ ਉਹ 'ਚ ਕੋਈ ਗੱਲ ਨਹੀਂ ਹੈ ਪਰ ਕੇਵਲ ਇੱਕ ਓਨੀ ਗੱਲ ਦੇ ਉੱਤੇ ਜਿੰਨਾ ਅਕਾਲੀ ਤਖ਼ਤ ਸਾਹਿਬ ਵੱਲੋਂ ਹੁਕਮ ਆਉਂਦੇ ਨੇ ਅਕਾਲੀ ਦਲ ਨੂੰ ਆ ਕੇ ਮੰਨ ਲਓ ਜਿੰਨੀਆਂ ਉਹ ਕਮੇਟੀਆਂ ਬਣਾਉਂਦੇ ਨੇ ਉਹਦੇ 'ਚ ਅਕਾਲੀ ਦਲ ਦਾ ਪ੍ਰਧਾਨ ਵੀ ਬਾਕੀ ਵੀ ਸਾਰੇ ਬੰਦੇ ਹੁੰਦੇ ਨੇ ਐਜ ਜੇ ਅਫੀਸ਼ਲ ਕਪੈਸਿਟੀ 'ਚ ਹੁੰਦੇ ਨੇ ਉਹ ਕੋਈ ਐ ਨਿੱਜੀ ਨਹੀਂ ਕਿ ਮੈਂ ਨਿੱਜੀ ਸਿੱਖ ਦੇ ਤੌਰ 'ਤੇ ਇਹ ਗੱਲ ਕਰ ਰਿਹਾ ਇਕੱਲਾ ਮੈਨੂੰ ਨਹੀਂ ਲੱਗਦਾ ਕਿ ਕੋਈ ਐਡੀ ਵੱਡੀ ਅਜੇ ਗੱਲ ਹੈ 90 ਦੀ ਗੱਲ ਹੈ ਜਦੋਂ ਅਮੈਂਡ ਕੀਤੀ ਹੈ ਸੋਧ 90ਵਿਆਂ ਦੀ ਉਦੋਂ ਬਾਅਦ ਤਾਂ 94 ਤੱਕ 95 ਤੱਕ ਅਕਾਲੀ ਜਾਂਦੇ ਰਹੇ ਨੇ ਉਹਦੇ 'ਤੇ ਮਤਲਬ ਦਰਬਾਰ ਸਾਹਿਬ ਜਾਂ ਅਕਾਲੀ ਤਖ਼ਤ ਦੇ ਰਾਹੀਂ ਜਿਹੜੀਆਂ ਸਾਰੀਆਂ ਨੇ ਗੱਲਾਂ ਉਸ ਲੈਵਲ 'ਤੇ ਹੁੰਦੀਆਂ ਰਹੀਆਂ ਨੇ ਚਾਹੇ ਅੰਮ੍ਰਿਤਸਰ ਐਲਾਨਨਾਮਾ ਹੋਵੇ ਬੁੱਤ ਸਮੁੱਤਰ ਅਕਾਲੀ ਨੂੰ ਮੰਗ ਪੱਤਰ ਹੋਵੇ ਡਿਫਰੈਂਟ ਟਾਈਪ ਦੀਆਂ ਚੀਜ਼ਾਂ ਅਕਾਲੀ ਲੀਡਰਸ਼ਿਪ ਕਰਦੀ ਰਹੀ ਆ ਉਹ ਹਾਂ ਉਹ ਜਥੇਦਾਰ ਉਹਦੇ 'ਚ ਇਹ ਥੋੜ੍ਹੀ ਬੈਠੂਗਾ ਜਾ ਕੇ ਵੀ ਤੁਹਾਡਾ ਜਦੋਂ ਢਾਂਚਾ ਚੱਲੂਗਾ ਜਿਵੇਂ ਤੁਸੀਂ ਮੈਂਬਰਸ਼ਿਪ ਕੱਟੋਗੇ ਨੋਮੀਨੇਟ ਪ੍ਰਧਾਨ ਕਰੂਗਾ ਜਾਂ ਬਾਕੀ ਉਹ ਇੱਕ ਡੈਮੋਕਰੈਟਿਕ ਪ੍ਰਕਿਰਿਆ ਪਾਰਟੀ ਦੀ ਆਪਣੀ ਰਹੇਗੀ ਉਸ ਸਾਰੇ ਮਾਮਲੇ ਦੇ ਵਿੱਚ ਜਿਹੜਾ ਦੂਜੀ ਗੱਲ ਹੈ ਮੇਰੇ ਖਿਆਲ ਹੈ ਜਿਹੜੀ ਕਿ ਇਹਨਾਂ ਕੋਲ ਆਪਸ਼ਨਜ਼ ਨੇ ਆਪਸ਼ਨਜ਼ ਤਾਂ ਕਈ ਆਪੋ ਆਪਣੀਆਂ ਹੁਣ ਇਹ ਸਾਰੇ ਐਕਸਪੀਰੀਅੰਸਡ ਬੰਦੇ ਨੇ ਤਜਰਬੇਕਾਰ ਨੇ ਆਪੋ ਆਪਣੀਆਂ ਆਪਸ਼ਨਜ਼ ਦੇਣਗੇ ਜੋ ਵੀ ਕਿਸੇ ਨੂੰ ਠੀਕ ਲੱਗੂਗਾ ਪਰ ਇਹ ਗੱਲਾਂ ਜਿਹੜੀਆਂ ਬੜੀਆਂ ਨੋਰਮਲ ਚੱਲਦੀਆਂ ਨੇ ਇਹਨਾਂ ਦੇ ਵਿੱਚ ਜਿਹੜੀਆਂ ਚਰਚਾਵਾਂ ਚੱਲਦੀਆਂ ਨੇ
ਜਿਹੜਾ ਕਿ ਪੁਰਾਣੀਆਂ ਵੀ ਸੈਟਅਪ ਦੇ ਵਿੱਚ ਵੀ ਕਈ ਗੱਲਾਂ ਹੁੰਦੀਆਂ ਰਹੀਆਂ ਉਸ ਪੱਧਰ ਦੇ ਉੱਤੇ ਕਿ ਨਾਰਮਲੀ ਜਦੋਂ ਇੱਕ ਬੰਦਾ ਨਹੀਂ ਬਣਦਾ ਹੁੰਦਾ ਤਾਂ ਕੋਈ ਕਮੇਟੀ ਉਹ ਬਣਦੀ ਹੈ। ਉਹ ਜ਼ਰੂਰੀ ਨਹੀਂ 5 ਮੈਂਬਰੀ ਹੋਵੇ, ਉਹ 11 ਮੈਂਬਰੀ ਵੀ ਹੋ ਸਕਦੀ ਹੈ, ਜਿੰਨੇ ਮਰਜ਼ੀ ਮੈਂਬਰੀ ਕਮੇਟੀ ਹੋ ਸਕਦੀ ਹੈ ਕਿ ਫਿਲਹਾਲ ਇਹ ਸੁਪਰਵਾਈਜ਼ ਕਰੂਗੀ ਕਮੇਟੀ, ਪ੍ਰਧਾਨ ਜੀ ਵੀ ਰਹਿ ਜਾਣ, ਕੋਈ ਫਰਕ ਨਹੀਂ ਪੈਂਦਾ ਉਦੋਂ ਤੱਕ ਨਵੀਂ ਮੈਂਬਰਸ਼ਿਪ ਕੱਟੇ ਜਾਏਗੀ, ਹੇਠੋਂ ਤੋਂ ਚੋਣਾਂ ਹੋ ਜਾਣਗੀਆਂ, ਚੋਣਾਂ ਹੋਣ ਤੋਂ ਬਾਅਦ ਫਿਰ ਇੱਕ ਜਨਰਲ ਹਾਊਸ ਸੱਦ ਲਿਆ ਜਾਏਗਾ, ਜਨਰਲ ਹਾਊਸ ਨਵੀਂ ਲੀਡਰਸ਼ਿਪ ਚੋਣ ਲੂਗਾ ਜਿਹੜੀ ਉੱਪਰ ਲੈਵਲ ਦੀ ਹੋਏਗੀ। ਇਹਦੇ 'ਚ ਚਾਰ ਕਈ ਗੱਲਾਂ ਨੇ, ਇਕੱਲੀ ਪ੍ਰਧਾਨਗੀ ਜਾਂ ਉੱਪਰਲੀ ਲੀਡਰਸ਼ਿਪ ਵੀ, ਉਹਦੇ ਟੋਟਲ ਕੰਮ ਕਰਨ ਦਾ ਤਰੀਕਾਕਾਰ। ਜਦੋਂ ਤੋਂ ਇਹ ਹੋਇਆ ਪਾਰਲੀਮਾਨੀ ਬੋਰਡ ਖਤਮ ਹੋ ਗਿਆ, ਔਰ ਇਸੇ ਢੰਗ ਦੇ ਨਾਲ ਜਿਹੜਾ ਇੱਕ ਬੈਲੈਂਸ ਸੀਗਾ ਐਸ ਜੀ ਪੀ ਸੀ ਅਕਾਲੀ ਦਲ ਤੇ ਪ੍ਰਧਾਨ ਚੀਫ ਮਿਨਿਸਟਰ ਤੇ ਪ੍ਰਧਾਨ ਦੇ ਵਿੱਚ ਦਾ, ਉਹ ਬੈਲੈਂਸ ਵੀ ਅਲੱਗ ਤਰ੍ਹਾਂ ਦਾ ਹੋ ਗਿਆ। ਔਰ ਇਸੇ ਢੰਗ ਦੇ ਨਾਲ ਨੀਚਿਓਂ ਜਿਹੜੇ ਕੈਬਨਿਟ ਸਿਲੈਕਟ ਕਰਨ ਦੀ ਇੱਕ ਅਕਾਲੀ ਦਲ ਦੇ ਵਿੱਚ ਸੀਗਾ, ਔਰ ਕਿ ਸਰਕਲ ਜਥੇਦਾਰ ਅਸੈਂਬਲੀਆਂ ਦੇ ਵਿੱਚ ਰਿਕਮੈਂਡ ਕਰਦੇ ਨੇ, ਉਹ ਜ਼ਿਲ੍ਹਾ ਜਥੇਦਾਰਾਂ ਤੱਕ ਪਾਰਲੀਮੈਂਟ 'ਚ ਰਿਕਮੈਂਡ ਕਰਦੇ ਨੇ ਕਿ ਆਹ ਨਾਮ ਨੇ ਇਹਨਾਂ 'ਚੋਂ ਲੈਣਾ, ਉਹ ਢਾਂਚਾ ਬਿਲਕੁਲ ਖਿੰਡ ਪੁੱਟ ਗਿਆ। ਨੋਮੀਨੇਸ਼ਨਾਂ ਦਾ ਦੌਰ ਹੋ ਗਿਆ ਉੱਪਰ, ਦੂਜੀਆਂ ਪਾਰਟੀਆਂ ਦੀ ਤਰ੍ਹਾਂ ਕਿ ਉੱਥੇ ਨੋਮੀਨੇਟ ਆ ਇਸ ਤਰੀਕੇ ਨਾਲ ਤੁਸੀਂ ਕਰੋਗੇ। ਔਰ ਇਸੇ ਗੱਲ ਦੇ ਨਾਲ ਫਿਰ ਜਿਹੜੇ ਅਜਲਾਸ ਨੇ ਉਹ ਡੰਮੀ ਜੇ ਹੋ ਗਏ ਕਿ 2 ਘੰਟੇ ਦਾ ਕਰੋ ਸਾਰਾ ਕੁਝ ਇੱਕ 'ਚ ਨਿਬਟਾ ਕੇ, ਲੀਡਰ ਪਹਿਲਾਂ ਹੀ ਪਤਾ ਹੁੰਦਾ ਬਣਨਾ ਅਜਲਾਸਾਂ ਦੇ ਵਿੱਚ, ਜਿਹੜਾ ਇੱਕ ਪੂਰੀ ਤਰ੍ਹਾਂ ਵੋਟਿੰਗ ਜਾਂ ਬਾਕੀ ਦੀਆਂ ਚੀਜ਼ਾਂ ਜਾਂ ਥੋਰੋ ਇੱਕ ਪਾਲਿਸੀ ਬਿਆਨਾਂ ਤੇ ਡਿਸਕਸ਼ਨ ਚਰਚਾਵਾਂ, ਉਹ ਪੂਰੇ ਤਰੀਕਿਆਂ ਦੇ ਸਵਾਲ ਨੇ ਅਸਲ ਦੇ ਵਿੱਚ, ਇਕੱਲਾ ਇੱਕ ਪ੍ਰਧਾਨ ਚੁਣ ਕੇ ਜਾਂ ਬਾਕੀ ਗੱਲ। ਫਿਰ ਇਹ ਹੈ ਕਿ ਜੇ 2 ਟਰਮਾਂ ਤੋਂ ਵੱਧ ਜਾਂ 10 ਸਾਲ ਜਾਂ ਜੋ ਵੀ ਤੁਸੀਂ ਲਾਉਂਦੇ ਹੋ ਕਿ ਇਦੋਂ ਬਾਅਦ ਇੱਕੋ ਉਹਦੇ ਤੇ ਬੰਦਾ ਨਾ ਰਹੇ ਜਾਂ ਉਸ ਲੈਵਲ ਤੇ ਨਾ ਰਹੇ, ਜਿਹੜੇ ਪੁਆਇੰਟ ਨੇ, ਜਿਹੜੇ ਪੁਆਇੰਟ ਅਕਾਲੀ ਦਲ ਨੇ ਡਿਸਕਸ ਕੀਤੇ ਨੇ ਆਪਣੀ ਉਸ ਮੀਟਿੰਗ ਦੇ ਵਿੱਚ ਜਿਹੜੀ ਕੋਰ ਕਮੇਟੀ ਦੀ ਹੋਈ ਸੀ, ਜਿਹਦੇ ਝੂਦਾ ਕਮੇਟੀ ਅਪਰੂਵ ਕੀਤੀ ਗਈ ਸੀ, ਇਹ ਪੁਆਇੰਟ ਪ੍ਰੈਸ ਨੋਟ ਦੇ ਰੂਪ ਦੇ ਵਿੱਚ ਆਏ ਸੀਗੇ। ਉਦੋਂ ਬਾਅਦ ਐ ਨੀ ਹੈ ਕਿ ਕਿਸੇ ਨੇ ਅਧਿਕਾਰਤ ਪ੍ਰੈਸ ਨੋਟ ਸੀ ਉਹ ਅਕਾਲੀ ਦਲ ਦਾ, ਤੇ ਜਿੱਥੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਗਿਆ ਕਿ ਇਹ ਅਸੀਂ ਪ੍ਰਵਾਨ ਕਰ ਲਈਏ, ਜਨਤਕ ਕਰਾਂਗੇ ਉਦੋਂ ਬਾਅਦ। ਉਦੋਂ ਬਾਅਦ ਨਵੰਬਰ ਦੇ ਮਹੀਨੇ ਤੱਕ ਅਕਾਲੀ ਦਲ ਆਪਣਾ ਅਜਲਾਸ ਸੱਦ ਕੇ ਸਾਰਾ ਕੁਝ ਕਰਕੇ ਪੂਰਾ ਮਤਲਬ ਓਵਰਆਲਿੰਗ ਕਰ ਲਈ ਜਾਏਗੀ ਇਹ ਸਾਰੇ ਮਾਮਲੇ ਦੇ। ਇਹ ਸਾਰੇ ਤੌਰ ਤਰੀਕੇ ਤਾਂ ਉਹ ਪਹਿਲਾਂ ਵੀ ਨੇ, ਹੁਣ ਪਹਿਲਾਂ ਪੁਰਾਣੇ ਤਰੀਕੇ ਨਾਲ ਹੀ ਸਾਰੇ ਹੀ ਕੰਮ ਕਰਨ ਲੱਗ ਗਏ ਵਿੱਚੋਂ ਹੀ, ਇਹ ਕੀ ਪਤਾ ਵੀ ਹੁਣ ਵੀ ਉਸੇ ਤਰੀਕੇ ਨਾਲ ਦੁਬਾਰਾ ਕੰਮ ਕਰਨ ਲੱਗ ਜਾਣ, ਇਹ ਪਤਾ ਤਾਂ ਨਹੀਂ ਹਜੇ ਪੂਰਾ ਨਾ ਵੀ ਇਹ ਵੀ ਵਾਕਈ ਕੋਈ ਗੱਲ ਚੇਂਜ ਹੋਏਗੀ ਕਿ ਨਹੀਂ ਹੋਏਗੀ, ਕਿੰਨੀ ਨਹੀਂ ਹੋਏਗੀ ਜਾਂ ਕਦੋਂ ਹੋਏਗੀ। ਔਰ ਰੌਲਾ ਕੇਵਲ ਕੋਰ ਕਮੇਟੀ ਦਾ ਜਾਂ ਜਿਹੜੇ ਇਹ ਲੀਡਰਸ਼ਿਪ ਬੈਠੀ ਆ ਹੁਣ 8-10 ਬੰਦੇ ਜਾਂ ਕੋਈ ਹੋਰ, ਉਹਨਾਂ ਦਾ ਨਹੀਂ ਹੈ ਰੌਲਾ, ਜਿਹੜਾ ਨੀਚੇ ਵਰਕਰ ਨਾਰਾਜ਼ ਹੋ ਕੇ ਬੈਠਾ ਹੋਇਆ, ਜਿਹਦੇ ਆਪਣੇ ਸੈਂਟੀਮੈਂਟ ਨੇ, ਜਿਹੜਾ ਅਕਾਲੀ ਦਲ ਦੇ ਲਈ ਕਿਸੇ ਵੀ ਤਰ੍ਹਾਂ ਲੀਡਰ ਤੋਂ ਘੱਟ ਜਿਹਨੇ ਸੈਕਰੀਫਾਈਸ ਨਹੀਂ ਕੀਤਾ, ਜੇਲ੍ਹਾਂ 'ਚ ਗਿਆ, ਸਾਰਾ ਕੁਝ ਕੀਤਾ, ਔਰ ਪਿੰਡ 'ਚ ਉਹਦੀ ਪ੍ਰੈਸਟੀ ਓਡੀ ਓ ਵੱਡੀ ਹੈ ਜਿੱਡੀ ਕਿਸੇ MLA MP ਦੀ ਇੱਥੇ ਵੱਡੇ ਪੱਧਰ 'ਤੇ ਪ੍ਰੈਸਟੀਜ ਹੈ, ਉਹਦੀ ਦੁਨੀਆਂ ਪਿੰਡ ਨਾਲ ਸੰਬੰਧਿਤ ਹੈ। ਜੇ ਉਹਦਾ ਪਿੰਡ 'ਚ ਕਲਗੀ ਲੈ ਗਈ ਤਾਂ ਸਮਝ ਲਓ ਗਿਆ, ਉਹਦੀ ਜ਼ਿੰਦਗੀ ਦਾ ਕੁਐਸਚਨ ਹੈ, ਉਹ ਵੀ ਓਡਾ ਹੀ ਵੱਡਾ ਹੁੰਦਾ। ਜਦ ਉਹ ਤੁਹਾਡੇ ਨਾਲ ਨਾਰਾਜ਼ ਹੈ, ਉਹ ਕਹਿ ਰਿਹਾ ਤਬਦੀਲੀਆਂ ਕਰੋ ਸਾਰੀ ਲੀਡਰਸ਼ਿਪ ਨੂੰ, ਇਹ ਲੀਡਰਸ਼ਿਪ ਨੇ ਵੋਟਾਂ ਮੰਗਣ ਉੱਥੇ ਹੀ ਜਾਣਾ ਹੈ, ਸਾਰੀ ਨੇ ਜਾਂ ਪ੍ਰਧਾਨ ਜੀ ਵੀ ਉੱਥੇ ਹੀ ਜਾਣਗੇ, ਤੇ ਜੇ ਉਹ ਵੋਟ ਪਾਉਣ ਲਈ ਅਜੇ ਤਿਆਰ ਨਹੀਂ, ਹਜੇ ਉਹ ਅੜ ਕੇ ਖੜਾ, ਜੇ ਤੁਸੀਂ ਤਬਦੀਲੀ ਕਰਨ ਲਈ ਤਿਆਰ ਨਹੀਂ, ਅਸੀਂ ਵੋਟ ਪਾਉਣ ਲਈ ਤਿਆਰ ਨਹੀਂ। ਬਾਕੀ ਤੁਹਾਡੇ ਨਾਲ ਕੋਈ ਇੰਨੀ ਕੁ ਸਿਆਣਪ ਉਹਦੇ 'ਚ ਹੈ, ਹਜੇ ਗਏਆਂ ਨੂੰ ਤੁਹਾਨੂੰ ਉਹ ਤੂੰ ਮੈਂ ਨਹੀਂ ਕਰ ਰਿਹਾ, ਅਜੇ ਪਹਿਲੀ ਸਟੇਜ ਹੈ ਇਹ, ਤੇ ਕੱਲ ਨੂੰ ਫਿਰ ਜੇ ਨਹੀਂ ਉਹ ਮੰਨੋਗੇ ਤਾਂ ਇਹ ਵੀ ਕਹਿਣ ਲੱਗ ਜਾਏਗਾ ਅਸੀਂ ਨਹੀਂ, ਉਹਦੇ ਟੈਂਟ ਖਾਲੀ ਵੀ ਦਿਖਾਈ ਦੇਣ ਲੱਗ ਜਾਣਗੇ। ਜੇਕਰ ਨਹੀਂ ਕੋਈ ਚੇਂਜ ਦਿਖਾਈ ਦੇਏਗੀ, ਜਿਹੜਾ ਪਬਲਿਕ ਸੈਂਟੀਮੈਂਟ ਦਾ ਇੱਕ ਕੁਐਸਚਨ ਹੁੰਦਾ, ਸੰਗਤ ਦਾ ਕੁਐਸਚਨ ਹੈ, ਤੁਹਾਡੇ ਕੇਡਰ ਦਾ ਸਵਾਲ ਹੈ, ਸਭ ਤੋਂ ਮੇਨ ਗੱਲ ਉਹਦੇ ਤੇ ਖੜੀ ਹੈ, ਨਾ ਕਿ ਕੇਵਲ ਉੱਪਰਲੀ ਲੀਡਰਸ਼ਿਪ ਤੇ। ਉਹਨੂੰ ਐਡਰੈਸ ਕੌਣ ਕਰੇਗਾ? ਸੁਖਬੀਰ ਸਿੰਘ ਬਾਦਲ ਕਰ ਲੈਣਗੇ ਉਹਨੂੰ ਐਡਰੈਸ ਆਪਣੇ ਤਰੀਕੇ ਨਾਲ, ਜਾਂ
ਜਿਹੜੀ ਇਹ ਮੀਟਿੰਗ ਹੋ ਰਹੀ ਹੈ ਇਹ ਲੀਡਰਸ਼ਿਪ ਨੂੰ ਕੋਈ ਐਡਰੈਸ ਕਰਨ ਲਈ ਕੋਈ ਕੋਸ਼ਿਸ਼ ਕਰੇਗੀ? ਇਹ ਹੁਣ ਸਵਾਲ ਸ਼੍ਰੋਮਣੀ ਅਕਾਲੀ ਦਲ ਦੇ ਸਮੁੱਚਤਾ ਦੇ ਸਾਹਮਣੇ ਇਹ ਖੜਾ ਹੈ ਕਿ ਉਹਨਾਂ ਬੰਦਿਆਂ ਤੱਕ ਰੀਚ ਤੇ ਉਹਨਾਂ ਨੂੰ ਕਨਵਿੰਸ ਕਰਾਉਣਾ, ਉਹਨਾਂ ਨੂੰ ਨਾਲ ਤੋਰਨਾ, ਉਹ ਕਿਸ ਤਰੀਕੇ ਨਾਲ ਹੋਏਗਾ, ਉਹ ਤਰੀਕਾ ਲੱਭਣਾ, ਸਾਰੇ ਰਲ ਕੇ ਲੱਭ ਲੈਣ, ਇਕੱਲੇ ਇਕੱਲੇ ਲੱਭ ਲੈਣ, ਇਹ ਤਾਂ ਹੁਣ ਉਹਨਾਂ ਦੀ ਸਿਆਣਪ ਤੇ ਆ। ਆਪਾਂ ਤਾਂ ਕਦੇ ਸਿਆਸਤ ਉਹੋ ਜਿਹੀ ਕੀਤੀ ਨਹੀਂ, ਬਹੁਤ ਵੱਡੇ ਤਜਰਬੇ ਨੇ ਸਾਰਿਆਂ ਦੇ, ਉਹਨਾਂ ਨੇ ਆਪੋ ਆਪਣੇ ਆਪ ਹੀ ਲੱਭ ਲੈਣਾ ਕੋਈ ਨਾ ਕੋਈ ਤਰੀਕਾ। ਸਰ ਜਗਤਾਰ ਸਿੰਘ ਜੀ, ਬਦਲਵੇਂ ਬਦਲ ਕੀ ਹੋ ਸਕਦੇ ਆ? ਜੇ ਮੰਨ ਲਓ ਇੱਕ ਥੋਟ ਪ੍ਰੋਸੈਸ ਦੇ ਵਿੱਚ ਚੱਲਦੇ ਹੋਣ, ਤਾਂ ਜੋ ਹੁਣ ਪ੍ਰਾਵਧਾਨ ਨੇ, ਹੁਣ ਪ੍ਰੋਵੀਜ਼ਨਸ ਨੇ ਕਿ ਕੋਰ ਕਮੇਟੀ ਆ, ਪ੍ਰਧਾਨ ਜੀ ਨੇ ਅੱਗੇ ਪੀਏਸੀ ਬਣਾਈ ਹੋਈ ਆ ਬੜੀ ਜੰਬੋ, ਫਿਰ ਕਾਰਜਕਾਰਨੀ ਹੈ ਤੇ ਜਨਰਲ ਹਾਊਸ ਹੁੰਦਾ, ਤਾਂ ਇਹ ਬਦਲਵੇਂ ਪ੍ਰਾਵਧਾਨ ਕੀ ਨੇ? ਜੇ ਇਹ ਚੰਦ ਲੀਡਰ ਬੈਠੇ ਨੇ ਭਾਵੇਂ ਪ੍ਰਭਾਵਸ਼ਾਲੀ ਨੇ, ਇਹਨਾਂ ਕੋਲ ਕੀ ਬਦਲ ਨੇ? ਜੇ ਇਹ ਬਦਲ ਲੱਭ ਰਹੇ ਹੋਣ ਤਾਂ ਕੀ ਲੱਭ ਰਹੇ ਹੋਣ? ਮੈਂ ਪਹਿਲਾਂ ਇਹ ਗੱਲ ਕਲੀਅਰ ਕਰ ਦਿਆਂ, ਅਮੀਰ ਜੀ ਗੱਲ ਕਰ ਰਹੇ ਸੀ IGPC ਦੀ ਇਲੈਕਸ਼ਨ ਦੀ, ਬਈ ਉਹਦੇ ਨਾਲ ਡਿਸਕੋ ਕੁਆਲੀਫਾਈ ਨਹੀਂ ਹੁੰਦੇ, ਉਹ ਕੰਸਟੀਟਿਊਸ਼ਨਲ ਬਾਡੀ ਹੈ, ਸਿੰਘ ਗੌਰ ਦਾ ਐਕਟ 1925, ਉਹ BJP ਵੀ ਲੜ ਸਕਦੀ ਹੈ, ਕਾਂਗਰਸ ਵੀ ਲੜ ਸਕਦੀ ਹੈ, ਉਹ ਬਿਲਕੁਲ ਡਿਫਰੈਂਟ ਆਸਪੈਕਟ ਹੈ, ਉਹਦਾ ਇਸ ਚੀਜ਼ ਨਾਲ ਕੋਈ ਤਲਕ ਨਹੀਂ। ਸੋ ਉਹ ਐਕਟ ਪੜ੍ਹ ਲਓ, ਸਾਰੀ ਗੱਲ ਕਲੀਅਰ ਹੈ ਜੀ ਉਹਦੇ ਵਿੱਚ, ਉਹ ਇਸ਼ੂ ਉਹ ਨਹੀਂ ਹੈ। ਪਰ ਇਹ ਤਾਂ ਸੁਖਬੀਰ ਜੀ ਰੋਜ਼ ਰੌਲਾ ਪਾਉਂਦੇ ਆ ਵੀ RSS ਵਾਲੇ ਕਬਜ਼ਾ ਕਰ ਰਹੇ ਆ, ਮੈਂ ਗੱਲ ਕੀਤੀ ਸੀ ਅਕਾਲ ਤਖ਼ਤ ਦੀ ਇੰਟਰਵੈਂਸ਼ਨ ਪਾਰਟੀ ਦੀ ਆਰਗੇਨਾਈਜੇਸ਼ਨ ਦੇ ਵਿੱਚ, ਰੀਆਰਗੇਨਾਈਜ਼ ਕਰਨ ਦੇ ਵਿੱਚ, ਉਹ ਵੱਖਰਾ ਇਸ਼ੂ ਹੈ, ਮੈਂਬਰਸ਼ਿਪ ਬਣਾਉਣ ਦੀ ਗੱਲ ਨਹੀਂ ਹੈ, ਉੱਥੇ ਓਬਜੈਕਸ਼ਨ ਹੋ ਸਕਦਾ ਕੱਲ ਨੂੰ ਕੋਈ ਚੈਲੇਂਜ ਕਰਦੇ ਹੋਏ। ਮੈਂ ਇਹ ਨਹੀਂ ਕਹਿ ਰਿਹਾ ਕਿ ਜ਼ਰੂਰੀ ਡਿਸਕੁਆਲੀਫਾਈ ਹੋ ਜਾਏਗੀ, ਇਹ ਗੱਲ ਪਾਰਟੀ ਦੇ ਅੰਦਰ ਬੜੀ ਵਾਰ ਡਿਸਕਸ ਹੋ ਚੁੱਕੀ ਹੈ, ਉਹਨਾਂ ਦੇ ਲੀਡਰਾਂ ਨੂੰ ਵੀ ਪਤਾ ਇਸ ਚੀਜ਼ ਦਾ ਬਈ ਇਹਦੇ ਆਸਪੈਕਟ ਕੀ ਹੋ ਸਕਦੇ। ਮੈਂ ਨਹੀਂ ਗੱਲ ਕਰੂੰਗਾ। ਅਗਲੀ ਗੱਲ ਜਿਹੜੀ ਗੱਲ ਤੁਸੀਂ ਕੀਤੀ ਹੈ ਵੀ ਇਹਦਾ ਕੀ ਤਰੀਕਾ ਹੋ ਸਕਦਾ ਹੈ, ਤਰੀਕਾ ਤਾਂ ਜਦੋਂ ਪਾਰਟੀ ਉਹ ਰਿਵਾਈਵ ਹੁੰਦੀ ਹੈ ਨਾ ਜੀ, ਉਹਦਾ ਤਰੀਕਾ ਜਿਵੇਂ ਹੁਣ ਕਾਂਗਰਸ ਨੇ ਕੀਤਾ, ਗਾਂਧੀ ਪਰਿਵਾਰ ਪਾਸੇ ਹੋ ਗਿਆ, ਨਵੀਂ ਲੀਡਰਸ਼ਿਪ ਆ ਗਈ, ਇਹ ਕੁਰਬਾਨੀ ਕਰਨ ਦੀ ਲੋੜ ਹੁੰਦੀ ਹੈ, ਜਦ ਤੱਕ ਕੁਰਬਾਨੀ ਨਹੀਂ ਹੁੰਦੀ ਮੇਰੇ ਖਿਆਲ 'ਚ ਇਹ ਗੱਲ ਅੱਗੇ ਤੁਰਦੀ ਨਹੀਂ। ਮੈਂ ਇਹ ਨਹੀਂ ਕਹਿੰਦਾ ਵੀ ਜ਼ਰੂਰੀ ਹੈ ਕਿ ਸੁਖਬੀਰ ਜੀ ਰਿਜ਼ਾਈਨ ਕਰਨ, ਇਹ ਫੈਸਲਾ ਤਾਂ ਇਹਨਾਂ ਨੇ ਕਰਨਾ, ਮੇਰਾ ਸਿਰਫ ਇੱਕ ਐਗਜ਼ਾਮਪਲ ਦਿੱਤੀ ਹੈ, ਜਦੋਂ ਗੱਲ ਇੱਥੇ ਤੱਕ ਆ ਜਾਏ ਕਿ ਪਾਰਟੀ ਇੱਕ ਲੀਡਰ ਦੇ ਥੱਲੇ ਰਿਵਾਈਵ ਨਹੀਂ ਹੋ ਸਕਦੀ, ਤਾਂ ਮੇਰੇ ਖਿਆਲ 'ਚ ਐਕਸਪੈਰੀਮੈਂਟ ਕਰਨ ਦੇ ਵਿੱਚ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਕਿਸੇ ਤੋਂ ਜੀ। ਸਹਿਮੀਰ ਸਿੰਘ ਜੀ ਬਿਲਕੁਲ, ਉਹ ਤਾਂ ਗੱਲ ਠੀਕ ਹੈ ਹੀ ਹੈ ਕਿ ਜਦੋਂ ਵੀ ਕੋਈ ਚੇਂਜ ਕਰਨੀ ਹੈ, ਚੇਂਜ ਤਾਂ ਉਹਨਾਂ ਨੇ ਆਪ ਹੀ ਕਰਨੀ ਹੈ, ਕਿਵੇਂ ਕਰਨੀ ਹੈ ਕਿਵੇਂ ਨਹੀਂ ਕਰਨੀ। ਔਰ ਮੈਂ ਤਾਂ ਉਹਦੇ 'ਚ ਇੱਕ ਟੈਕਨੀਕਲ ਗੱਲ ਇਹ ਕੀਤੀ, SGPC ਦੇ ਇੱਕ ਨਾਲ ਸੀ ਕਿ 94 ਤੱਕ ਅਕਾਲ ਤਖ਼ਤ ਦੀ ਇੰਟਰਫੀਅਰੈਂਸ, ਅਕਾਲ ਤਖ਼ਤ 'ਤੇ ਜਾ ਕੇ ਹੀ ਮਤੇ ਬਣਦੇ ਰਹੇ ਨੇ। ਇਹ ਜਿਹੜਾ ਐਕਟ ਅਮੈਂਡ ਹੋਇਆ 1951 ਦਾ, ਜਿਹ 'ਚ ਸਹੁੰ ਪਾਈ ਹੈ ਸੈਕੂਲਰ ਦੇਸ਼ ਦੀ ਏਕਤਾ ਅਖੰਡਤਾ ਲਈ, ਇਹ ਉਦੋਂ ਪਹਿਲਾਂ ਪਾਈ ਹੈ 5 ਸਾਲ, ਮੈਂ ਉਦੋਂ ਵੀ ਫਿਰ ਇਹ ਚੀਜ਼ਾਂ ਆ ਸਕਦੀਆਂ ਸੀ ਜੇ ਆਉਣੀਆਂ ਹੁੰਦੀਆਂ। ਮੇਰੇ ਖਿਆਲ ਉਹ ਅਲੱਗ ਗੱਲ ਹੈ, ਹੋ ਸਕਦਾ ਕਿਸੇ ਨੇ ਚੈਲੰਜ ਨਹੀਂ ਕੀਤਾ, ਨਹੀਂ ਕੀਤਾ ਚੈਲੰਜ, ਮੈਂ ਤਾਂ ਹੁਣ ਵੀ ਕਹਿ ਰਿਹਾ ਜੇ ਕੋਲ ਹੁਣ ਕੋਈ ਚੈਲੰਜ ਨਾ ਕਰੇ, ਹਾਂ ਉਹ ਇੱਕ ਅਲੱਗ ਗੱਲ ਹੈ, ਉਹ ਇੱਕ ਮਤਲਬ ਪੁਰਾਣੀ। ਪਰ ਇਹ ਠੀਕ ਹੈ ਕਿ ਜਿਹੜੇ ਅਕਾਲੀ ਦਲ ਦਾ ਰਿਵਾਈਵਲ ਹੈ, ਪਾਰਟੀਆਂ ਦੇ ਰਿਵਾਈਵਲ ਦੇਖੋ ਉਦੋਂ ਹੀ ਹੁੰਦੇ ਨੇ ਜਦੋਂ ਲੋਕਾਂ ਦਾ ਇੱਕ ਜਗ੍ਹਾ ਸੋਚ ਖੜ ਜੇ ਨਾ ਕਿ ਜੇ ਆਹ ਤਬਦੀਲੀ ਨਹੀਂ ਹੋਣੀ ਅਸੀਂ ਨਾਲ ਲੱਗਣਾ, ਤਾਂ ਤੁਸੀਂ ਲੋਕਾਂ ਦੇ ਨਾਲ ਜਿੱਦ 'ਚ ਨਹੀਂ ਚੱਲ ਸਕਦੇ ਹੁੰਦੇ, ਆਪਦੇ ਵਰਕਰਾਂ ਨਾਲ ਜਿੱਦ 'ਚ ਨਹੀਂ ਚੱਲ ਸਕਦੇ ਹੁੰਦੇ, ਉਹਨੂੰ ਤਾਂ ਕਨਵਿੰਸ ਕਰਾਉਣਾ ਹੁੰਦਾ। ਔਰ ਜੇ ਜਿੱਦ ਕਿਹਨੂੰ ਖਰਾਬ ਕਰਦੀ ਹੈ? ਵਰਕਰ ਨੂੰ ਕੀ ਕਰੂਗੀ? ਵਰਕਰ ਤਾਂ ਕਹਿੰਦਾ ਆਪਾਂ ਤਾਂ ਬੈਠੇ ਹਾਂ, ਫਿਰ ਜੇ ਹੈਗੇ ਹਾਂ ਤਾਂ ਠੀਕ ਹੈ, ਤੁਹਾਡੇ ਰੁਤਬੇ ਜਾਣਗੇ ਨਾ, ਵਰਕਰ ਦਾ ਤਾਂ ਓਡਾ ਵੱਡਾ ਰੁਤਬਾ ਨਹੀਂ ਹੈ ਜਿੱਡੇ ਤੁਹਾਡੇ ਨੇ। ਜਿੱਥੇ ਡੈਮੋਕ੍ਰੇਸੀ 'ਚ ਅਸੀਂ ਗੱਲ ਕਰਦੇ ਹਾਂ, ਅਸੀਂ ਉਸ ਫਿਲੋਸਫੀ ਦੀ ਗੱਲ ਕਰਦੇ ਹਾਂ ਕਿ ਗੁਰੂ ਚੇਲੇ ਦਾ ਕੰਸੈਪਟ ਹੈ,
ਗੁਰੂ ਨੇ ਕਿਹਾ ਮੈਨੂੰ ਅੰਮ੍ਰਿਤ, ਮੈਨੂੰ ਜੋ ਹੁਕਮ ਕਰੋ ਮੈਂ ਉਹ ਮੰਨਣ ਲਈ ਤਿਆਰ ਹਾਂ ਤੁਹਾਡਾ। ਤੇ ਗੁਰੂ ਤੋਂ ਵੱਡਾ ਤਾਂ ਕੋਈ ਹੋ ਨਹੀਂ ਸਕਦਾ, ਪ੍ਰਧਾਨ ਗੁਰੂ ਥੋੜੀ ਹੋ ਸਕਦਾ ਕਿਸੇ ਪਾਰਟੀ ਦਾ, ਜਾਂ ਬਾਕੀ ਦਾ ਉਹ ਵਨ ਆਫ ਇੱਕ ਉਹ ਦੂਜਿਆਂ ਚੋਂ ਇੱਕ ਹੋ ਸਕਦਾ, ਜਾਂ ਪ੍ਰਾਈਮ ਮਿਨਿਸਟਰ ਗੁਰੂ ਥੋੜੀ ਹੋ ਸਕਦਾ, ਜਾਂ ਚੀਫ ਮਿਨਿਸਟਰ ਕੋਈ ਇਸ ਲੈਵਲ ਦੀ ਗੱਲ ਥੋੜੀ ਹੋ ਸਕਦੀ ਹੈ। ਜਿੱਥੇ ਇਹ ਸਿਧਾਂਤ ਦਿੱਤਾ ਗਿਆ ਪੰਜ ਪ੍ਰਧਾਨੀ ਦਾ, ਸੰਗਤ ਦਾ, ਨਾਰਮਲੀ ਆਪਣੀਆਂ ਪੰਚਾਇਤਾਂ ਚ ਪਿੰਡਾਂ ਚ ਹੁੰਦਾ ਰਿਹਾ, ਮਤਲਬ ਹੁੰਦਾ ਆਮ, ਹੁਣ ਤੱਕ ਤਾਂ ਬਹੁਤ ਹੁੰਦਾ ਸੀ, ਹੁਣ ਗੁੱਟਬਾਜੀ ਜ਼ਿਆਦਾ ਹੋ ਗਈ। ਜੇ ਸਾਰਾ ਪਿੰਡ ਬੈਠ ਕੇ ਕਹਿੰਦਾ ਸੀ, ਜਿਹੜੇ ਮੋਹਤਬਰ ਬੰਦੇ, ਸਾਰਾ ਪਿੰਡ ਦਾ ਮਤਲਬ 50 ਬੰਦੇ ਬੈਠੇ ਨੇ, ਉਹ ਕਹਿੰਦੇ ਕਾਕਾ ਤੇਰੀ ਆ ਗੱਲ ਗਲਤ ਹੈ, ਤੈਨੂੰ ਵੱਟ ਇੱਧਰ ਕਰਨੀ ਪਏ। ਉਹ ਕਹਿੰਦਾ ਚਾਹੇ ਠੀਕ ਹੈ ਗਲਤ ਹੈ, ਬਸ ਤੁਹਾਡੀ ਮੰਨ ਲਈ ਕਰ ਲੈਂਦੇ ਹਾਂ ਜੀ, ਠੀਕ ਹੈ, ਰੌਲਾ ਨਿਬੜ ਜਾਂਦਾ। ਅਗਲਾ ਕਹਿੰਦਾ ਪੰਚਾਇਤ ਦੀ ਤਾਂ ਮੰਨਣੀ ਉਹ ਪਏਗੀ, ਸੰਗਤ ਦੀ ਤਾਂ ਮੰਨਣੀ ਪਏਗੀ, ਤਾਂ ਰੌਲੇ ਮਿਟਦੇ ਰਹੇ ਨੇ, ਨਹੀਂ ਤਾਂ ਕੋਈ ਗੱਲ ਹੀ ਨਹੀਂ ਹੁੰਦੀ। ਜਦ ਤੁਸੀਂ ਉਹਨੂੰ ਪ੍ਰੈਸਟੀਜ ਬਣਾ ਲੈਂਦੇ, ਔਰ ਬਹੁਤ ਲੋਕਾਂ ਨਾਲ ਹੁੰਦਾ ਕਿ ਕੋਈ ਨੀ ਫਿਰ ਸਬਕ ਸਿਖਾ ਲੈਂਦੇ ਹਾਂ ਤੁਹਾਨੂੰ, ਜੇਕਰ ਇਹ ਪ੍ਰੈਸਟੀਜ ਬਣਾਉਣੀ ਹੈ ਤਾਂ ਵੱਡੇ ਵੱਡਿਆਂ ਦੇ ਮਹਿਲ ਡਿਗੇ ਨੇ ਨਾ ਪ੍ਰੈਸਟੀਜ ਦੇ ਵਿੱਚ। ਸਵਾਲ ਇਹੀ ਹੈ ਕਿ ਅਕਾਲੀ ਦਲ ਜਿਹੜੀ ਗੁਰਬਾਣੀ ਤੇ ਜਿਹੜੇ ਸਿਧਾਂਤ ਤੇ ਚੱਲਦਾ, ਜਿੱਥੇ ਹਉਮੈ ਦਾ ਕੋਈ ਸਭ ਤੋਂ ਜ਼ਿਆਦਾ ਹਉਮੈ ਦੇ ਖਿਲਾਫ ਮਤਲਬ ਇੱਕ ਪ੍ਰਵਚਨ ਨੇ, ਜਿੱਥੇ ਸਭ ਤੋਂ ਜ਼ਿਆਦਾ ਹਲੀਮੀ ਰਾਜ ਦੀ ਗੱਲ ਹੈ, ਜਿੱਥੇ ਮਨ ਜੀਤੇ ਜਗਜੀਤ ਦੀ ਗੱਲ ਹੈ ਕਿ ਲੋਕਾਂ ਦੇ ਮਨ ਜਿੱਤ ਕੇ ਤੁਸੀਂ ਕੰਮ ਕਰ ਸਕਦੇ ਹੋ, ਬਾਕੀ ਨਹੀਂ ਕਰ ਸਕਦੇ, ਤਾਂ ਜੇ ਉਹਦੀ ਥਿਉਰੀ ਤੋਂ ਬਿਲਕੁਲ ਉਲਟ ਚੱਲਣਾ, ਫਿਰ ਤਾਂ ਹਰੇਕ ਪਾਰਟੀ ਦਾ ਆਪਣਾ ਸਿਸਟਮ ਹੈ, ਨਹੀਂ ਤਾਂ ਫਿਰ ਸੰਗਤ ਨੂੰ ਸੰਗਤ ਮੰਨ ਕੇ ਇੱਕ ਵਾਰ ਉਸ ਤਰੀਕੇ ਦੀ ਗੱਲ ਕਰ ਲਓ, ਤਾਂ ਸ਼ਾਇਦ ਪਦਵੀਆਂ ਬਣੀਆਂ ਰਹਿਣ। ਨਹੀਂ, ਜਿਹੜੀ ਬਣੀ ਹੋਈ ਹੈ ਜਦੋਂ ਖਿੱਚ ਕੇ, ਅਕਾਲੀ ਦਲ ਬਾਰੇ ਇੱਕ ਨਾ ਧਾਰਨਾ ਸੀ ਪੁਰਾਣੀ, ਮੈਂ ਤਾਂ ਸੁਣਦਾ ਹੀ ਰਿਹਾ, ਮੈਨੂੰ ਨਹੀਂ ਪਤਾ ਕਿੱਥੋਂ ਚੱਲੀ, ਕੀ ਇਹਦੀ ਹਿਸਟਰੀ ਹੈ। ਉਹ ਕਹਿੰਦੇ ਸੀ ਅਕਾਲੀ ਦਲ ਆਪਣੇ ਪ੍ਰਧਾਨ ਨੂੰ ਨਾ ਹਾਥੀ ਤੇ ਚੜਾ ਕੇ ਲਿਆਉਂਦਾ ਤੇ ਗਧੇ ਤੇ ਚੜਾ ਕੇ ਵਾਪਸ ਕਰਦਾ, ਫਿਰ ਜਿਹੜੇ ਪੁਰਾਣੇ ਪ੍ਰਧਾਨਾਂ ਨੂੰ ਕਦੇ ਲਾਉਣ ਦੇ, ਮੈਨੂੰ ਨਹੀਂ ਪਤਾ ਉਹ ਗੱਲ ਕੀ ਹੋਈ ਹੈ। ਇਹ ਸ਼੍ਰੋਮਣੀ ਕਮੇਟੀ ਬਾਰੇ ਵੀ ਗੱਲ ਹੁੰਦੀ ਰਹੀ। ਹਾਂਜੀ, ਸ਼੍ਰੋਮਣੀ ਕਮੇਟੀ ਪਤਾ ਨਹੀਂ ਇਹਨਾਂ ਨੂੰ ਪਤਾ ਹੋਏਗਾ, ਮੈਂ ਤਾਂ ਸੁਣੀਆਂ ਨੇ ਗੱਲਾਂ, ਹਰ ਪ੍ਰਧਾਨ ਇਸ ਤਰ੍ਹਾਂ ਹੀ ਨਿਕਲਿਆ। ਅੱਛਾ, ਮੈਂ ਇਹ ਸੁਣਿਆ ਵੀ ਇਹ ਗੱਲਾਂ ਨੇ, ਫਿਰ ਜੇ ਰਵਾਇਤ ਜਾਰੀ ਰੱਖਣੀ ਹੈ ਤਾਂ ਇੱਕ ਅਲੱਗ ਗੱਲ ਹੈ, ਉਹ ਇੱਕ ਅਲੱਗ ਤਰੀਕਾ ਹੋਏਗਾ। ਬਿਲਕੁਲ, ਅਕਾਲੀ ਦਲ ਦਾ ਹਰ ਪ੍ਰਧਾਨ ਆਲਮੋਸਟ ਜਲੀਲ ਹੋ ਕੇ ਗਿਆ, ਵੱਡੇ ਤੋਂ ਵੱਡੇ ਨਾਂ ਲੈ ਲਓ ਤੁਸੀਂ, ਜੇ ਇਤਿਹਾਸ ਚੱਕੋਗੇ ਨਾ, ਬੜੀ ਅਜੀਬ ਹਿਸਟਰੀ ਹੈ ਸਾਰੀ ਗੱਲ ਤੇ ਜੀ। ਪਰ ਮੈਂ ਜਿਹੜਾ ਸਵਾਲ ਕਰਨਾ ਚਾਹ ਰਿਹਾ ਸੀਗਾ ਕਿ ਜਦੋਂ ਇਸ ਤਰ੍ਹਾਂ ਦੀਆਂ ਮੀਟਿੰਗਾਂ ਹੋ ਰਹੀਆਂ ਤੇ ਸਮਾਨੰਤਰ ਸਰਦਾਰ ਸੁਖਬੀਰ ਸਿੰਘ ਬਾਦਲ ਵੀ ਤੇ ਚੁੱਪ ਕਰਕੇ ਨਹੀਂ ਬੈਠੇ ਹੋਣਗੇ। ਮੈਂ ਇੱਕ ਖਬਰ ਕੱਲ ਦੇਖ ਰਿਹਾ ਸੀ ਜਿਹਦੇ ਵਿੱਚ ਮਨਪ੍ਰੀਤ ਅਯਾਲੀ ਦਾ ਜਿਹੜਾ ਦਾਖਾ ਹਲਕਾ ਸੀ ਉਹਦੇ ਵਿੱਚ ਕਈ ਬੰਦਿਆਂ ਨੂੰ ਕੰਟੈਕਟ ਕੀਤਾ ਗਿਆ, ਨੌਕ ਕੀਤਾ ਗਿਆ, ਜਿਨ੍ਹਾਂ ਦੇ ਵਿੱਚ ਖਬਰ 'ਚ ਹੀ ਲਿਖਿਆ ਸੀ ਕਿ ਗੁਰਦੀਪ ਸਿੰਘ ਭੈਣੀ ਸਾਬਕਾ ਵਿਧਾਇਕ ਤੇ ਅਮਰੀਕ ਸਿੰਘ ਆਲੀਵਾਲ ਜਿਹੜੇ ਜੋਤ ਦੇ ਪ੍ਰਧਾਨ ਹੁੰਦੇ ਸੀ, ਸੁਖਬੀਰ ਦੇ ਕਿਸੇ ਵੇਲੇ ਨੇੜੇ ਮੰਨੇ ਜਾਂਦੇ ਹੁੰਦੇ ਸੀਗੇ, ਉਹਨਾਂ ਨੂੰ ਵੀ ਨੌਕ ਕੀਤਾ ਗਿਆ ਅਯਾਲੀ ਦੀ ਜਗ੍ਹਾ ਲੈਣ ਲਈ। ਮਤਲਬ ਸੁਖਬੀਰ ਸਿੰਘ ਬਾਦਲ ਨੂੰ ਠੰਡੀ ਨਹੀਂ ਕੱਢ ਰਹੀ ਹੋਊਗੀ, ਉਹ ਵੀ ਤਾਂ ਗਰੁੱਪ ਇੱਕ ਸਮਾਨਾਂਤਰ ਲੱਗਿਆ ਹੋਊਗਾ, ਮਤਲਬ ਛੇਤੀ ਕਿਤੇ ਕੁਛ ਛੱਡਣ ਦੇ ਰੌਂ ਚ ਮੈਨੂੰ ਲੱਗਦਾ ਨਹੀਂ। ਇਹਦਾ ਮਤਲਬ ਫਿਰ ਗਹਿ ਗੱਚ ਲੜਾਈ ਹੋਊਗੀ ਜੀ, ਜੇ ਏਦਾਂ ਹੀ ਦੋ ਧਰਾਵਾਂ ਚ ਅੱਗੇ ਗੱਲ ਤੁਰਦੀ ਜੀ। ਚਲੋ, ਇਹ ਤਾਂ ਉਹਨਾਂ ਦੀ ਮਰਜ਼ੀ ਹੈ ਜੀ, ਉਹਨਾਂ ਨੇ ਛੱਡਣਾ ਨਹੀਂ ਛੱਡਣਾ, ਲੜਾਈ ਲੜਨੀ ਹੈ ਤੇ ਸ਼ਹੀਦੀ ਦੇਣੀ ਹੈ, ਕੀ ਕਰਨਾ, ਇਹ ਤਾਂ ਆਪਣੀ ਚੋਇਸ ਅਗਲਿਆਂ ਦੀ। ਲੇਕਿਨ ਇਸ਼ੂ ਬੇਸਿਕ ਇੱਕੋ ਹੀ ਹੈ ਕਿ ਪਾਰਟੀ ਦੀ ਰਿਵਾਈਵਲ ਕਿਵੇਂ ਪੋਸੀਬਲ ਹੈ। ਜੇ ਇਹਨਾਂ ਨੇ ਆਪਸ 'ਚ ਲੜ ਕੇ ਪਾਰਟੀ ਦਾ ਜਿਹੜਾ ਰਹਿੰਦਾ ਗੁੰਦਾ ਅਕਸ ਹੈ ਉਹ ਵੀ ਖਰਾਬ ਕਰਨਾ ਹੈ, ਉਹ ਗੱਲ ਵੱਖਰੀ ਹੈਗੀ ਹੈ। ਫੈਸਲਾ ਇਹਨਾਂ ਦੀ ਲੀਡਰਸ਼ਿਪ ਨੇ ਕਰਨਾ, ਅਸੀਂ ਤਾਂ ਕਮੈਂਟਰੀ ਕਰ ਸਕਦੇ, ਇਸ ਤੋਂ ਬਾਅਦ ਕੁਛ ਵੀ ਨਹੀਂ ਕਰ ਸਕਦੇ। ਦੋਸਤੋ, ਇਹ ਜਿਹੜੀ ਮੀਟਿੰਗ ਹੋ ਰਹੀ ਹੈ ਬੇਹੱਦ ਗੁਪਤ ਰੱਖੀ ਗਈ, ਇੱਕ ਸਿੰਗਲ ਲੀਡਰ ਵੀ ਜ਼ੁਬਾਨ ਖੋਲਣ ਲਈ ਤਿਆਰ ਨਹੀਂ ਸੀ, ਤੇ ਬੜੇ ਯਤਨ ਨਾਲ ਸੋਰਸਸ ਨੂੰ ਇਧਰੋਂ ਉਧਰੋਂ ਨੌਕ ਕਰਕੇ ਉਹ ਜਿਹੜੇ ਨਾਲ ਚੱਲਣ ਵਾਲੇ ਜਾਂ ਕੋਈ ਬਾਕੀ ਲੋਕ ਜਿਹੜੇ ਇਧਰੋਂ ਉਧਰੋਂ ਹੁੰਦੇ ਆ ਜਿਹਨਾਂ ਨੂੰ ਥੋੜਾ ਬਹੁਤਾ ਪਤਾ ਹੈ,
ਇਹ ਸਮਝਣ ਦਾ ਯਤਨ ਕੀਤਾ ਕੌਣ ਕੌਣ ਕਿਵੇਂ ਅੰਦਰ ਗਿਆ ਤੇ ਕਿਵੇਂ ਇਹ ਮੀਟਿੰਗ ਡਿਜ਼ਾਈਨ ਹੋਈ ਤੇ ਅੱਜ ਜਲੰਧਰ ਹੀ ਕਿਉਂ ਰੱਖਿਆ ਗਿਆ? ਇਹ ਸਾਰੀਆਂ ਚੀਜ਼ਾਂ ਕਾਫੀ ਤਰਦ ਤੋਂ ਬਾਅਦ ਸਾਹਮਣੇ ਲਿਆਂਦੀਆਂ ਨੇ ਤੇ ਇਸ ਤੋਂ ਬਾਅਦ ਮੀਟਿੰਗ ਚ ਕੀ ਹੋਇਆ ਇਹਦੇ ਲਈ ਵੀ ਅੰਦਰ ਝਾਕਣ ਦਾ ਯਤਨ ਕਰਾਂਗੇ। ਜੇ ਸਾਨੂੰ ਇਹਦੇ ਸੰਬੰਧੀ ਕੋਈ ਬੜੀ ਪੁਖਤਾ ਤੇ ਅਹਿਮ ਜਾਣਕਾਰੀ ਮਿਲੀ ਤਾਂ ਅਸੀਂ ਉਹ ਤੁਹਾਡੇ ਨਾਲ ਸਾਂਝ ਵਾਉਣੋਂ ਨਹੀਂ ਖੁੰਝਾਂਗੇ, ਕਿਉਂਕਿ ਇਹ ਇਤਿਹਾਸਕ ਵਰਤਾਰੇ ਨੇ। ਇਸ ਖਿੱਤੇ ਦੀ ਪਾਰਟੀ ਦੇ ਡਾਵਾਂਡੋਲ ਹੋਣ ਨੂੰ ਕਿਸੇ ਨੇ ਵੀ ਪਸੰਦ ਨਹੀਂ ਕੀਤਾ। ਲੋਕ ਸਾਰੇ ਹੀ ਸੋਚਦੇ ਨੇ ਕਿ ਖੇਤਰੀ ਪਾਰਟੀ ਬਣੀ ਰਹਿਣੀ ਚਾਹੀਦੀ ਹੈ ਤਾਂ ਕਿ ਖੇਤਰੀ ਮੁੱਦੇ ਐਡਰੈਸ ਹੁੰਦੇ ਰਹਿਣ, ਇੱਥੋਂ ਘੱਟੋ ਘੱਟ ਇੱਕ ਸਟਰਗਲ ਤੁਰਦੀ ਰਹੇ ਜਿਹਦੇ ਨਾਲ ਲੋਕਾਂ ਦਾ ਸਵੈਮਾਣ ਤੇ ਪਛਾਣ ਬਣੀ ਰਹਿ ਸਕੇ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ, ਥੈਂਕ ਯੂ, ਸ਼ੁਕਰੀਆ ਜੀ।